ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਫਿਰ ਤੋਂ ਲੈ ਕੇ ਹਾਜ਼ਰ ਹੋ ਗਏ ਹਾਂ। ਵਿਦੇਸ਼ ਜਾਣ ਨੂੰ ਲੈ ਕੇ ਕੋਈ ਵੀ ਇਨਫੋਰਮੇਸ਼ਨ ਚਾਹੁੰਦੇ ਹੋ ਤਾਂ ਇਹ ਲਾਈਵ ਪ੍ਰੋਗਰਾਮ ਹੈ, ਸਾਡੇ ਨਾਲ ਤੁਸੀਂ ਜੁੜ ਸਕਦੇ ਹੋ ਅਤੇ ਅਸੀਂ ਤੁਹਾਡੇ ਨਾਲ ਲਾਈਵ ਜੁੜੇ ਹਾਂ। ਸਾਈਂ ਓਵਰਸੀਜ਼ ਤੋਂ ਮੇਰੇ ਨਾਲ ਜੁੜੇ ਨੇ ਬਲਜਿੰਦਰ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਮੈਮ, ਪ੍ਰੋਗਰਾਮ ਦੇਖ ਰਹੇ ਸਾਰੇ ਵਿਵਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਈ ਹੋਪ ਕਿ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਜੀ। ਨੰਬਰ ਸਾਂਝੇ ਕਰ ਰਹੇ ਹਾਂ, ਕਾਲ ਕਰ ਸਕਦੇ ਹੋ ਤੁਸੀਂ, ਬਾਕੀ ਸੋਸ਼ਲ ਮੀਡੀਆ 'ਤੇ ਵੀ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ। ਤੁਸੀਂ ਸਾਈਂ ਓਵਰਸੀਜ਼ ਦਾ ਫੇਸਬੁੱਕ ਇੰਸਟਾਗ੍ਰਾਮ ਪੇਜ 'ਤੇ ਜਾਣਾ ਨਾ ਭੁੱਲਿਓ, ਕਿਉਂਕਿ ਸਮੇਂ ਟੂ ਸਮੇਂ ਜਿੱਦਾਂ ਜਿੱਦਾਂ ਬੱਚਿਆਂ ਦਾ ਐਕਸਪੀਰੀਅੰਸ ਹੁੰਦਾ ਹੈ ਉਹ ਉਹਨਾਂ ਦੇ ਪੇਜ ਉੱਤੇ ਅਪਲੋਡ ਕੀਤਾ ਹੁੰਦਾ। ਸਰ, ਇਨਫੋਰਮੇਸ਼ਨ ਜਿਹੜੀ ਹੈ ਯੂਕੇ ਜਾਣ ਨੂੰ ਲੈ ਕੇ ਅਸੀਂ ਅੱਜ ਗੱਲ ਕਰਾਂਗੇ, ਇਸ ਤੋਂ ਇਲਾਵਾ ਸਾਈਪ੍ਰਸ ਦੀ ਗੱਲ ਜ਼ਰੂਰ ਕਰਾਂਗੇ। ਯੂਕੇ ਜਾਣ ਨੂੰ ਲੈ ਕੇ ਕੁਝ ਇੱਕ ਸਵਾਲ ਨੇ ਜੋ ਮੇਰੇ ਵੀ ਆ ਔਰ ਸਾਡੇ ਦਰਸ਼ਕਾਂ ਦੇ ਵੀ ਨੇ। ਸਪਾਊਸ ਤੋਂ ਸ਼ੁਰੂਆਤ ਕਰਾਂਗੇ। ਸਪਾਊਸ ਨੇ ਐਪਲੀਕੇਸ਼ਨ ਲਾਉਣੀ ਹੈ, ਸਪਾਊਸ ਦੀ ਅਸੀਂ ਬਹੁਤ ਵਾਰੀ ਗੱਲ ਕੀਤੀ, ਕਿੰਨਾ ਪੁਰਾਣਾ ਵਿਆਹ, ਕਿਵੇਂ ਲੱਗੇਗੀ ਐਪਲੀਕੇਸ਼ਨ, ਵੀਜ਼ਾ ਆਏਗਾ ਕਿ ਨਹੀਂ ਆਏਗਾ। ਨਾਲ ਅੱਜ ਬੱਚੇ ਦੀ ਵੀ ਗੱਲ ਕਰਨੀ ਹੈ, ਕਿਸੇ ਦੇ ਬੇਬੀ ਹੈਗਾ, ਕਿਸ ਮੋਡ 'ਚ ਫਾਈਲ ਲੱਗ ਸਕਦੀ ਹੈ, ਉਹਨਾਂ ਨੇ ਅਪਲਾਈ ਕਿਵੇਂ ਕਰਨੀ ਹੈ, ਪੈਸਿਆਂ ਦਾ ਫੰਡ ਦਾ ਸਿਸਟਮ ਕਿਸ ਤਰੀਕੇ ਦਾ ਜਾਏਗਾ ਉਸ ਵਿੱਚ। ਦੇਖੋ ਮੈਂ ਬਹੁਤ ਸਾਰੇ ਵੀਜ਼ਾ ਬੱਚਿਆਂ ਦੇ ਬਹੁਤ ਦੇਖਦੇ ਹਾਂ, ਬਹੁਤ ਕੰਸਲੈਂਟਸ ਦੇ ਵੀ ਦੇਖਦੇ ਹਾਂ ਅਸੀਂ। ਪਹਿਲਾਂ ਦਰਸ਼ਕ ਦੀ ਕਾਲ ਲੈ ਲਈਏ ਅਸੀਂ, ਹੈ ਨਾ ਜੀ, ਫਿਰ ਅਸੀਂ ਇਸ ਸਵਾਲ ਦੇ ਜਵਾਬ ਤੋਂ ਸ਼ੁਰੂਆਤ ਕਰਾਂਗੇ। ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ, ਨਮਸਤੇ, ਕੀ ਨਾਮ ਹੈ ਔਰ ਕੀ ਜਾਣਕਾਰੀ ਚਾਹੁੰਦੇ ਹੋ ਜੀ? ਮੈਂ ਰਾਹੁਲ ਬਾਤ ਕਰ ਰਹਾ ਹਾਂ। ਕਿੱਥੋਂ ਬੋਲ ਰਹੇ ਹੋ ਰਾਹੁਲ? ਨਾਰਾਇਣਗੜ੍ਹ ਸੇ ਜੀ। ਸਵਾਲ ਕੀ ਹੈ? ਮੈਂ ਮੈਨੂੰ ਨਾ 2021 ਮੈਂ ਆਸਟ੍ਰੇਲੀਆ ਕੇ ਲਈ ਫਾਈਲ ਲਗਾਈ ਥੀ। ਤੋ ਮੇਰੇ ਤੀਨ ਮੋਡਿਊਲ ਮੈਂ 5.5 ਥੇ, ਇੱਕ ਮੈਂ 6 ਥੇ। ਰਾਹੁਲ, ਹੁਣ ਯੂਕੇ ਆਇਲਸ ਦੁਆਰਾ ਕੀਤਾ ਕਿ ਸੇਮ ਸਕੋਰ ਤੇ ਅਪਲਾਈ ਕਰਨਾ? ਸੇਮ ਸਕੋਰ ਤੇ। ਬਹੁਤ ਦੂਰ ਹੈ, ਸੀਟਸ ਬਹੁਤ ਜਲਦੀ ਫੁੱਲ ਹੋ ਜਾਣਗੀਆਂ। ਐਸ ਸੂਨ ਐਸ ਪੋਸੀਬਲ ਤੁਸੀਂ ਸਾਈਂ ਓਵਰਸੀਜ਼ ਆਪਣੇ ਪੇਰੈਂਟਸ ਦੇ ਨਾਲ ਤੁਸੀਂ ਵਿਜ਼ਿਟ ਕਰੋ, ਡੈਫੀਨੇਟਲੀ ਪੋਸੀਬਲ ਹੈ ਔਰ 100% ਗਰੰਟੀ ਹੈ ਕਿ ਤੁਹਾਨੂੰ ਵੀਜ਼ਾ ਜ਼ਰੂਰ ਮਿਲੇਗਾ। ਦੇਖੋ ਅੱਜ ਦੀ ਡੇਟ 'ਚ 100% ਅਸੀਂ ਕਦੀ ਨਹੀਂ ਕਹਿੰਦੇ ਸੀ ਕਿ 100% ਵਰਡ ਯੂਜ਼ ਕਰੋ, ਲੇਕਿਨ ਅਗਰ ਆ ਰਹੇ ਨੇ 100% ਤਾਂ ਅੱਜ ਹਰ ਇੱਕ ਕੰਸਲਟੈਂਟ ਕਹਿ ਰਿਹਾ, ਕੋਈ ਵੀ ਇਹ ਨਹੀਂ ਕਹਿ ਰਿਹਾ 90.9, ਹਰ ਬੰਦਾ 100% ਗਰੰਟੀ ਦੇ ਰਿਹਾ ਕਿ 100% ਗਰੰਟੀ ਨਾਲ ਤੁਹਾਡਾ ਵੀਜ਼ਾ ਆਏਗਾ। ਸੋ ਤੁਸੀਂ ਸਾਈਂ ਓਵਰਸੀਜ਼ ਵਿਜ਼ਿਟ ਕਰਕੇ ਆਪਣਾ ਸ਼ੋਰਟ ਇਨ ਦਾ ਵੀਜ਼ਾ ਅਪਰੂਵ ਕਰਵਾ ਸਕਦੇ ਹੋ। ਸੋ ਤੁਹਾਡੇ ਉਸ ਕੁਐਸਚਨ ਦੇ ਆਨਸਰ ਤੇ ਵੀ ਜ਼ਰੂਰ ਆਵਾਂਗਾ। ਸਕਸੈਸ ਰੇਟ ਵੀ ਪਹਿਲਾਂ ਦੱਸਿਓ, ਕਿੱਦਾਂ ਚੱਲ ਰਿਹਾ ਜਿਹੜਾ ਤੁਸੀਂ ਅਪਲਾਈ ਕੀਤਾ ਉਸ ਪ੍ਰੋਫਾਈਲ ਦਾ? ਜੀ ਹਾਂ, ਡੈਫੀਨੇਟਲੀ ਡੈਫੀਨੇਟਲੀ। ਦੇਖੋ ਅਗਰ ਮੈਂ 100% ਕਹਿ ਰਿਹਾ ਤਾਂ ਇਟਸ ਮੀਨ ਕਿ ਉਸ ਬੱਚੇ ਦਾ ਵੀ ਵੀਜ਼ਾ ਆਏ ਨੇ। ਸੋ ਇੱਕ ਨਹੀਂ, ਮੈਂ ਇਹ ਚੀਜ਼ ਚੈਲੇਂਜ ਨਾਲ ਕਹਿ ਸਕਦਾ ਕਿ ਬਹੁਤ ਸਾਰੇ ਬੱਚੇ, ਬਹੁਤ ਸਾਰੇ ਏਜੰਟਸ ਨੇ ਵੀਜ਼ੇ ਅਪਰੂਵ ਕਰਵਾਏ ਨੇ, ਲੇਕਿਨ ਸਿੰਗਲ ਕੇਸ, ਸਪਾਊਸ ਕੇਸ ਵੀ ਕੁਛ ਨੇ, ਸਪਾਊਸ ਕੇਸ ਵੀ ਅਪਰੂਵ ਕਰਵਾਏ ਹੈ, ਲੇਕਿਨ ਵਿਦ ਚਾਈਲਡ ਮੈਂ ਅਗਰ ਰਿਐਲਿਟੀ ਨਾਲ ਦੱਸਾਂ, ਮੈਂ ਨਹੀਂ ਦੇਖਿਆ, ਕਰਵਾਏ ਹੋਣਗੇ ਲੇਕਿਨ ਮੈਂ ਨਹੀਂ ਦੇਖਿਆ ਕਿ ਸਾਰੇ ਓਵਰਸੀਜ਼ ਤੋਂ ਇਲਾਵਾ ਵਿਦ ਚਾਈਲਡ ਕਿਸੇ ਵੀ ਕੰਸਲੈਂਟ ਨੇ ਵੀਜ਼ਾ ਅਪਰੂਵ ਕਰਵਾਏ ਹੋਣ। ਔਰ ਅਸੀਂ ਹਰ ਵਾਰੀ ਜਦੋਂ ਵੀ ਅਸੀਂ ਕੋਈ ਪਾਰਟੀ ਔਰਗਨਾਈਜ਼ ਕਰਦੇ ਹਾਂ, ਸੋ ਵੀਜ਼ਾ ਸੈਲੀਬ੍ਰੇਸ਼ਨ ਕਰਦੇ ਹਾਂ, ਤਾਂ ਉਹਦੇ ਵਿੱਚ ਮੈਂ ਹਮੇਸ਼ਾ ਦਿਖਾਉਣਾ ਕਿ ਐਪ ਸਪਾਊਸ ਵੀਜ਼ਾ ਨਾਲ ਵਿਦ ਚਾਈਲਡ ਅਸੀਂ ਵੀਜ਼ਾ ਅਪਰੂਵ ਕਰਵਾ ਕੇ ਦਿੱਤਾ। ਸੋ ਹੁਣ ਇਸ ਤਰ੍ਹਾਂ ਦੀਆਂ ਫਾਈਲਸ ਵੀ ਅਸੀਂ ਮੈਮ ਬਿਲੀਵ ਕਰਨਾ ਕਿ ਅੰਬੈਸੀ ਦੇ ਵਿੱਚ ਪੁੱਟ ਆਉਣਾ, ਜਿਹੜੀਆਂ ਆਉਣ ਵਾਲੇ ਟਾਈਮ ਵਿੱਚ ਮੈਂ ਦਿਖਾਵਾਂਗਾ। ਇੱਕ ਬੇਬੀ ਨਾਲ ਤਾਂ ਅਸੀਂ ਬਹੁਤ ਵੀਜ਼ੇ ਦਿਖਾ ਤੇ, ਹੁਣ ਕਈਆਂ ਨੇ ਪੇਰੈਂਟਸ ਨੇ ਦੋ ਦੋ ਬੱਚਿਆਂ ਦੇ ਨਾਲ ਵੀ ਸਾਡੇ ਕੋਲ ਫਾਈਲ ਲਗਵਾਈ ਹੋਈ ਹੈ, ਰੈਡੀ ਕਰਨੀ ਠੀਕ ਹੈ। ਕਈ ਕੰਸਲੈਂਟ ਨੂੰ ਤਾਂ ਸਿੰਗਲ ਫਾਈਲ ਲਗਾਉਣੀ ਆਉਂਦੀ ਹੈ, ਸਪਾਊਸ ਫਾਈਲ ਨਹੀਂ ਲਗਾਉਣੀ ਆਉਂਦੀ। ਸਪਾਊਸ ਦੇ ਨਾਲ ਬੱਚੇ ਦੀ ਫਾਈਲ ਕਿਵੇਂ ਪੁੱਟ ਆਨ ਕਰਨੀ ਹੈ, ਕਿੰਨੇ ਫੰਡ ਦਿਖਾਉਣੇ, ਕਿਸ ਤਰ੍ਹਾਂ ਫਾਈਲ ਅੰਬੈਸੀ ਦੇ ਅੱਗੇ ਰੀਪ੍ਰਜੈਂਟ ਕਰਨੀ ਹੈ, ਕਿ ਵੀਜ਼ਾ ਆਫਿਸਰ ਨੂੰ ਕਨਵਿੰਸ ਕਰਨਾ ਕਿ ਮੇਨ ਐਪਲੀਕੈਂਟ ਦਾ ਜਿਹੜਾ ਸਿਨੈਰੀਓ ਹੈ, ਜਿਹਦਾ ਏਮ ਹੈ, ਉਹ ਸਟੱਡੀ ਕਰਨਾ ਹੀ ਹੈ। ਸੋ SOP ਦੇ ਵਿੱਚ ਕਿਸ ਤਰ੍ਹਾਂ ਉਹ ਮੈਨਸ਼ਨ ਕਰਦਾ, ਕਿਸ ਤਰ੍ਹਾਂ ਵੀਜ਼ਾ ਅਪਰੂਵ ਕਰਵਾ ਕੇ ਦੇਣਾ। ਸੋ ਇਹ ਉਹੀ ਬੰਦਾ ਕਰਵਾ ਕੇ ਦੇ ਸਕਦਾ ਹੈ ਜਿਹਨੇ ਰੈਗੂਲਰ ਉਸ ਚੀਜ਼ ਦੀ ਐਕਸਰਸਾਈਜ਼ ਕੀਤੀ ਹੋਏਗੀ, ਜਿਹਨੇ ਰੈਗੂਲਰ ਵੀਜ਼ਾ ਅਪਰੂਵ ਕਰਵਾ ਕੇ ਦਿੱਤੇ ਹੋਣਗੇ। ਔਰ ਸਾਈਂ ਓਵਰਸੀਜ਼ ਦੇ ਇੰਸਟਾਗ੍ਰਾਮ 'ਤੇ ਤੁਸੀਂ ਦੇਖ ਸਕਦੇ ਹੋ ਕਿ ਨੰਬਰ ਆਫ ਉਹ ਇੱਥੇ ਦੇ ਬਹੁਤ ਸਾਰੇ, ਇੱਕ ਦੋ ਨੇ ਐਟਲੀਸਟ 50+ ਸਪਾਊਸ ਵੀਜ਼ੇ ਵਿਦ ਚਾਈਲਡ ਅਸੀਂ ਵੀਜ਼ਾ ਅਪਰੂਵ ਕਰਵਾ ਕੇ ਦਿੱਤਾ ਨੇ, ਔਰ ਬਹੁਤ ਵੱਡੀ ਅਪਰਚੁਨਿਟੀ ਹੈ ਸਾਈਂ ਓਵਰਸੀਜ਼। ਬਿਲਕੁਲ ਜੀ, ਕਾਲਰ ਨਾਲ ਨੇ, ਸਵਾਗਤ ਹੈ ਜੀ, ਕੀ ਜਾਣਕਾਰੀ ਚਾਹੁੰਦੇ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਮੈਮ, ਜਾਗ੍ਰਿਤੀ ਬਾਤ ਕਰ ਰਹੀ ਹਾਂ ਜੀ। ਕੀ ਸਵਾਲ ਹੈ ਮੈਡਮ? ਮੈਮ ਐਕਚੁਅਲੀ ਸਪਾਊਸ ਕੇਸ ਕੇ ਬਾਰੇ ਮੈਂ ਕਨਫਰਮ ਕਰਨਾ ਥਾ, ਸਾਈਂ ਓਵਰਸੀਜ਼ ਬਾਤ ਕਰ ਰਹੀ ਹਾਂ? ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ ਬੋਲੋ ਜੀ। ਮੈਮ ਸਪਾਊਸ ਕੇਸ ਕੇ ਬਾਰੇ ਮੈਂ ਕਨਫਰਮ ਕਰਨਾ ਥਾ ਐਕਚੁਅਲੀ। ਮੈਮ ਮੈਨੇ ਨਾ ਐਕਚੁਅਲੀ BCOM ਕਰ ਰੱਖੀ ਹੈ 2017 ਮੈਂ, ਠੀਕ ਹੈ, ਉਸਮੇ 70% ਮਾਰਕਸ ਹੈ। ਤੋ ਐਕਚੁਅਲੀ ਪ੍ਰੋਬਲਮ ਯੇ ਹੈ ਕਿ 2020 ਮੈਂ ਨਾ ਕੈਨੇਡਾ ਕਾ ਰਿਫਿਊਜ਼ ਹੋ ਗਿਆ,
तो अभी मैंने पूछा था कि अभी कहाँ का स्कोप है मैडम। बीकॉम तो बाद कुछ कर रहे हो तुसी टिल डेट तक? नहीं मैम, एक्चुअली उसके बाद जैसे अप्लाई किया था उसका कनाडा का, तो वो रिफ्यूज हो गया। उसके बाद गैप है थोड़ा कोई जॉब या कुछ कोई एक्सपीरियंस? नहीं मैम, ऐसा अभी कुछ नहीं है, गैप ही है। ओके जी। मैरिज कदों हुई है मैडम थोड़ी? मैरिज मैम हुई थी 2018 में। ओके, और आईएलटीएस का स्कोर की है थोड़ा? मैम आईएलटीएस कर रखी है मैंने 6 नॉट लेस देन 5.5। किन्ने मॉड्यूल्स ने? 100% ले रहे हैं। अगर विदाउट चाइल्ड है तो तुसी जरूर आ सकते हो, विद चाइल्ड है तद भी साइन ओवरसीज विजिट कर सकते हो। सो इस तरह की प्रोफाइल इस तो पहले भी जी मैं ओवी जरूर क्लीयर करा कि बच्चे की 10+2 क्वालिफिकेशन से 3 मॉड्यूल 5.5 और ओवरऑल बच्चे की 6 बैंड से राहुल दे। सो डेफिनेटली राहुल तुसी आ सकते हो, तुहाडे कोल सितंबर अनटेक दे विच मैं तुहानू ग्रंटेड वीजा लेके दांगा। इन्हें सोचना सितंबर अनटेक बहुत दूर है, एक बार मेरे को विजिट करना, तुहानू मैं ब्रीफ विच इन्फॉर्मेशन देंगा कदों तुहाडी फाइल एम्बेसी च लगेगी और कदों तुहानू वीजा अप्रूव होकर मिल जाएगा। सैकेंड जिहड़ा कि लड़की का फोन से जी कि ग्रेजुएट है 2018 आई थिंक ਤੁਸੀਂ ਬਰੀਫ ਵਿੱਚ ਉਹਨਾਂ ਕੋਲ ਇਨਫੋਰਮੇਸ਼ਨ ਲਈ ਖੁਦ ਜਾ ਕੇ ਗੂਗਲ 'ਤੇ ਸਰਚ ਕੀਤਾ ਕਿ ਇਹ ਰੇਟ ਚੱਲ ਰਿਹਾ, ਤੁਸੀਂ ਉਸ ਰੇਟ ਦੇ ਅਕੋਰਡਿੰਗ ਆਪਣੇ 28 ਦਿਨ ਪੁਰਾਣੇ ਫੰਡ ਕਰ ਦਿੰਦੇ ਹੋ। ਲੇਕਿਨ 28 ਦਿਨ ਬਾਅਦ ਜੋ ਤੁਸੀਂ ਸ਼ੋਅ ਕਰਦੇ ਹੋ, ਦੇਖਦੇ ਹੋ ਕਿ ਉਦੋਂ ਰੇਟ 5 ਰੁਪਏ ਪਲੱਸ ਹੋਇਆ ਹੋਇਆ, ਤਾਂ ਤੁਹਾਡੇ ਫਿਰ ਫੰਡ ਸ਼ੋਰਟ ਹੋ ਗਏ, ਫਿਰ ਤੁਹਾਨੂੰ 28 ਦਿਨ ਫਿਰ ਦੁਬਾਰਾ ਵੇਟ ਕਰਨੀ ਪੈਂਦੀ ਹੈ। ਉਸ ਚੱਕਰ 'ਚ ਵੀ ਕਈ ਬੱਚਿਆਂ ਦੇ ਕੇਸ ਨਹੀਂ ਆ ਪਾਉਂਦੇ। ਓਕੇ, ਸੋ ਲਿਟਲ ਨੌਲੇਜ ਡੇਂਜਰ ਸਿੰਘ, ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਉਹ ਤਦ ਹੀ ਮੈਂ ਕਹਿੰਦਾ ਹਮੇਸ਼ਾ ਇੱਕ ਪ੍ਰੋਫੈਸ਼ਨਲ ਬੰਦੇ ਕੋਲ ਅਪਲਾਈ ਕਰੋ। ਬਹੁਤ ਸਾਰੇ ਅੱਜ ਇੰਸਟਾਗ੍ਰਾਮ 'ਤੇ ਛੋਟੇ ਛੋਟੇ ਏਜੰਟਸ ਦੇ ਇੱਕ ਇੱਕ ਵੀਜ਼ੇ ਨੂੰ ਬਾਰ ਬਾਰ ਦਿਖਾਈ ਜਾ ਰਹੇ ਨੇ, ਦੋ ਵੀਜ਼ਾ ਬਾਰ ਬਾਰ ਦਿਖਾਈ ਜਾ ਰਹੇ ਨੇ, ਕਿਤੇ ਨਾ ਕਿਤੇ ਬੱਚਾ ਕਨਵਿੰਸ ਹੋ ਕੇ ਉਹਨਾਂ ਕੋਲ ਚਲੇ ਜਾਂਦਾ ਹੈ। ਸੋ ਆਪਣਾ ਕੇਸ ਖਰਾਬ ਕਰ ਬੈਠਦਾ, ਹਮੇਸ਼ਾ ਉਹਦੇ ਕੋਲ ਜਾਓ ਜਿਹਨਾਂ ਕੋਲ ਪ੍ਰੋਪਰ ਟੀਮ ਹੈ। ਪ੍ਰੋਪਰ ਟੀਮ ਹੋਏਗੀ ਤਾਂ ਟੀਮ ਦੇ ਵਿੱਚ ਪ੍ਰੋਪਰ ਉਹਨਾਂ ਨੂੰ ਨੌਲੇਜ ਹੋਏਗੀ। ਅਗਰ ਮੈਂ ਸਾਈਨ ਓਵਰਸੀਜ਼ ਦੀ ਗੱਲ ਕਰਾਂ, ਬਹੁਤ ਜ਼ਿਆਦਾ ਸਟਾਫ ਹੈ, ਖੁਦ ਜਿਹੜੇ ਬੱਚੇ ਵਿਜ਼ਿਟ ਕਰਦੇ ਨੇ ਉਹਨਾਂ ਨੂੰ ਖੁਦ ਪਤਾ ਲੱਗਦਾ ਕਿ ਅਗਰ ਇੰਟਰਵਿਊ ਡਿਪਾਰਟਮੈਂਟ ਦੀ ਗੱਲ ਕਰਾਂ ਉਹਦੇ 'ਚ 6-7 ਪਰਸਨ ਨੇ। ਅਗਰ ਤੁਸੀਂ ਦੇਖ ਸਕਦੇ ਹੋ ਕਿ ਇਕੱਲੇ ਇੰਟਰਵਿਊ ਪ੍ਰਪਰੇਸ਼ਨ ਕਰਾਉਣ ਵਾਸਤੇ 6-7 ਪਰਸਨ ਜਿਸ ਕੰਪਨੀ ਨੇ ਰੱਖੇ ਹੋਏਗੇ, ਉਸ ਕੰਪਨੀ ਕੋਲ ਕਿੰਨਾ ਜ਼ਿਆਦਾ ਵਰਕ ਹੋਏਗਾ, ਕਿੰਨੇ ਸਟੂਡੈਂਟਸ ਅਪਲਾਈ ਕਰਦੇ ਹੋਣਗੇ। ਔਰ ਮੈਂ ਹਮੇਸ਼ਾ ਇਹ ਚੀਜ਼ ਚੈਲੇਂਜ ਨਾਲ ਕਹਿਣਾ ਨਾ ਕਿ ਜਦੋਂ ਵੀ ਤੁਸੀਂ ਸਾਈਨ ਓਵਰਸੀਜ਼ ਆਓਗੇ, ਤੁਹਾਨੂੰ ਕੋਈ ਵੀ ਸਿੰਗਲ ਬੰਦਾ ਇੱਦਾਂ ਦਾ ਨਹੀਂ ਮਿਲੇਗਾ, ਇੱਕ ਸਿੰਗਲ ਪਰਸਨੈਲਿਟੀ ਤੁਹਾਨੂੰ ਇੱਦਾਂ ਦੀ ਨਹੀਂ ਮਿਲੇਗੀ ਜਿਹੜੀ ਕਹੇਗੀ ਕਿ ਸਾਈਨ ਓਵਰਸੀਜ਼ ਨੇ ਮੇਰੇ ਪੈਸੇ ਮਾਰ ਲਿੱਤੇ, ਜੋ ਕਿ ਆਮ ਆਫਿਸਾਂ 'ਚ ਹੁੰਦਾ ਕਿ ਸਰ ਅਸੀਂ ਪੈਸੇ ਦਿੱਤੇ, 10 ਲੱਖ ਰੁਪਏ ਦਿੱਤਾ, ਅਸੀਂ ਫੀਸ ਦਿੱਤੀ, ਇਹਨਾਂ ਨੇ ਫੀਸ ਨਹੀਂ ਸਾਨੂੰ ਵਾਪਸ ਕੀਤੀ, ਔਰ ਉਸ ਤੋਂ ਬਾਅਦ ਅਗਰ ਕਰ ਵੀ ਰਹੇ ਨੇ, ਅੱਜ 2 ਲੱਖ ਵਾਪਸ ਕਰ ਰਹੇ ਨੇ, 3 ਲੱਖ ਵਾਪਸ ਕਰ ਰਹੇ ਨੇ, 5-6 ਲੱਖ ਰੁਪਏ ਸਾਡਾ ਕੱਟ ਰਹੇ ਨੇ, ਸਾਈਂ ਓਵਰਸੀਜ਼ ਨੇ ਕਦੀ ਇਸ ਤਰ੍ਹਾਂ ਨਹੀਂ ਕੀਤਾ। ਜੋ ਜੈਨੂਇਨ ਰੇਟ ਦੇ ਨਾਲ ਤੁਹਾਡੀ ਫੀਸ ਗਈ, ਰਿਫੰਡ ਆਈ, ਠੀਕ ਹੈ। ਅਗਰ ਕਿਸੇ ਵੀ ਬੱਚੇ ਦਾ ਕਿਸੇ ਕੰਟਰੀ 'ਚ ਇਨ ਫਿਊਚਰ ਵੀ ਅਗਰ ਵੀਜ਼ਾ ਨਹੀਂ ਆਏਗਾ, ਤਾਂ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਲੋਸ ਹੁੰਦਾ ਫੀਸ ਦੇ ਵਿੱਚ, ਉਹ 20-25 ਹਜ਼ਾਰ ਹੁੰਦਾ। ਸੋ ਲੱਖਾਂ ਰੁਪਏ ਅਗਰ ਤੁਹਾਡੇ ਕੱਟੇ ਜਾਣੇ ਨੇ, ਇਹਦਾ ਮਤਲਬ ਉਹ ਕੰਸਲੈਂਟ ਤੁਹਾਨੂੰ ਗਲਤ ਕਰ ਰਿਹਾ। ਸਰ ਫੰਡਸ ਨੂੰ ਲੈ ਕੇ ਥੋੜੀ ਜਿਹੀ ਜਾਣਕਾਰੀ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਨਾ ਚਾਹਾਂਗੇ। 28 ਦਿਨ ਪੁਰਾਣੇ ਸਪਾਊਸ ਨੇ ਅਪਲਾਈ ਕਰਨਾ, ਉਹਦੇ ਕਿੰਨੇ ਦਿਨ ਪੁਰਾਣੇ ਚਾਹੀਦੇ, ਜੇ ਬੱਚਿਆਂ ਨੇ ਅਪਲਾਈ ਕਰਨਾ, ਔਰ ਬੱਚੇ ਦਾ ਤੁਸੀਂ ਜਿਵੇਂ ਜ਼ਿਕਰ ਕੀਤਾ ਵੀ 2 ਬੱਚੇ ਦਾ ਤੁਸੀਂ ਅਪਲਾਈ ਕੀਤਾ, ਤਾਂ ਇਹ ਤਾਂ ਜ਼ਾਹਿਰ ਗੱਲ ਹੈ ਵੀ ਇੱਕ ਬੱਚਾ ਹੋ ਸਕਦਾ ਕਿ 4 ਸਾਲ ਤੋਂ ਉੱਪਰ ਹੋਵੇ, ਤਾਂ ਉਹ ਡਿਪੈਂਡੈਂਟ ਲੱਗੇਗਾ, ਸਕੂਲਿੰਗ ਵੀਜ਼ਾ ਲੱਗੇਗਾ, ਕਿਸ ਤਰੀਕੇ ਨਾਲ ਉਹਦਾ ਮੋਡ ਕੀ ਚੱਲਣ ਵਾਲਾ। ਬਹੁਤ ਸਾਰੇ ਪੇਰੈਂਟਸ ਦਾ ਵੀ ਕੁਐਸਚਨ ਹੁੰਦਾ ਕਿ ਜਿਵੇਂ ਅਸੀਂ ਬੱਚਾ ਨਾਲ ਲੈ ਕੇ ਜਾਵਾਂਗੇ ਸਰ, ਅਤੇ ਉੱਥੇ ਜਾ ਕੇ ਅਸੀਂ ਸਰਵਾਈਵ ਕਰ ਪਾਵਾਂਗੇ, ਬੱਚੇ ਦੀ ਫੀਸ, ਸਕੂਲ ਦੀ ਫੀਸ ਅਸੀਂ ਨਿਕਾਲ ਪਾਵਾਂਗੇ। ਸੋ ਇੱਕ ਬਹੁਤ ਪਲੱਸ ਪੁਆਇੰਟ ਹੈ ਕਿ ਇੰਡੀਆ ਦੇ ਵਿੱਚ ਅਗਰ ਤੁਸੀਂ ਬੱਚੇ ਨੂੰ ਸਟੱਡੀ ਕਰਵਾਉਣੀ ਹੈ, ਤਾਂ ਤੁਹਾਨੂੰ ਉਹ ਫੀਸ ਪੇ ਕਰਨੀ ਪੈਂਦੀ, ਉੱਥੇ ਸਕੂਲਿੰਗ ਫਰੀ ਹੈ, ਇਹ ਬਹੁਤ ਹੀ ਅੱਛੀ ਆਪਸ਼ਨ ਹੈ। ਲੇਕਿਨ ਵਿਦ ਚਾਈਲਡ ਫਾਈਲ ਲਗਾਉਣਾ
वो ईजी थिंग नहीं है। वो अगर स्पेशली मैं कहांगा ये मैं तुम फोर्सफुली कहांगा चीज़ प्लीज माइंड ना करना कि उस कंसलटेंट तो ही लगवाइयो साई ओवरसीज की गल नहीं कर रहे हैं जिन्होंने तुम विद चाइल्ड वीजा शो किए होंगे ठीक है क्योंकि तुम एक अद्धी नहीं मैं कहांगा कि कोई कंसलटेंट तुम दिखा देगा कि मेरा स्पाउस के नाल वीजा आया लेकिन विद चाइल्ड बहुत ही एक या दो कंपनीज होंगी साई ओवरसीज इंस्टाग्राम से देखोगे तो नियर अबाउट तुम 50 ऐसे कपल मिल जाएंगे जिन्होंने विद चाइल्ड सारे को वीजा अप्रूव करवाया लेकिन होर कंपनी तो अगर मैनू नहीं लगता किसी ने अप्रूव करवाए होंगे क्योंकि वो वीजा बहुत रिस्की है किस तरह फाइल अंबैसी अगर रीप्रजेंट करनी कि रेडी करनी वर्क बहुत ज्यादा वो सो उन्होंने जेन्युइनिटी बनाना बच्चे वो थोड़ा जहा वीजा ऑफिसर के अगर शो करना थोड़ा टफ है ईजी थिंग नहीं है सो वो कोई भी कंसलटेंट ना हार्ड वर्क लैके खुश नहीं है सो तुम यही एडवाइस करते सिंगल अपलाई करो यही रीजन है कि हर बार या होर भी जो एंकर आते हैं तो मैं ये क्वेश्चन पुट करते हैं मैम कि क्यों ये चीज़ होंगी है क्यों इदा किया जाता कि सिंगल केस लगाओ तो वीजा ईजी आएगा स्पाउस केस लगाओगे टफ हो जाएगा ऐसा कुछ नहीं है जो रिक्वायरमेंट है अगर तुम फुलफिल कर रहे हो तो डेफिनेटली तुम दोनों या विद चाइल्ड तीनों वीजा जरूर मिलेगा रिक्वायरमेंट के नाल नाल जे तुसी कंसलटेंट वधिया चूज कर लैंदे हो कॉलर ले लैंदे हो सो एक चीज हो रहा है मैम अगर उस कंसलटेंट की रेपुटेशन जिहड़ी कि एंबेसी दे विच अच्छी है तां दी जी होल्ड करो ओके रेपुटेशन भी मैटर करती है ठीक है कॉलर ले लैंदे हां असीं स्वागत है जी की जानकारी चाहुंदे हो जी जी प्लीज सवाल दसो हां जी मैं परविंदर सिंह गल कर रहा हूं ठीक है मैं प्लस 2 की थी 2020 ते 65% मार्क्स है जी राइट ते आईएलटीएस भी की थी 5.5 है जी ओके ते ये पूछना है यूके का कौन सा था किससे च 5 भी है कि नहीं नहीं मैं 5.5 ओवरऑल ओके जी ठीक है 2 साल तो कुछ कर रहे हो नहीं मैम बस खेती है ओके जी थैंक यू नाल जोड़न लई हां जी सर मैम की क्वालिफिकेशन दसी है इन्होंने प्लस 2 दसी है 2020 दे विच विद 65% नंबर 5.5 ईच ने इन्हां दे ओवरऑल भी 5.5 है यूके दे लिए अप्लाई करना डेफिनेटली ज्यादा ऑप्शन नहीं है दोबारा कह रहे हैं क्योंकि बहुत सारे यूनिवर्सिटी स्ट्रिक्ट हो चुके हैं जिहड़े कि सिर्फ 21 पास आउट या 22 अगो आने वाले टाइम दे विच लै रहे हैं एक साल तो ज्यादा गैप नहीं लै रहे हैं लेकिन साई ओवरसीज दे कोल ऑप्शन डेफिनेटली है कि अगर तुसी बिल्कुल राइट सुन रहे हो और आप बिलीव करना अपने ईयर से कि अगर तुहाडे 6 बैंड ने प्लस 2 क्वालिफिकेशन है तुहाडा 4 to 5 ईयर का भी गैप है तद भी साई ओवरसीज के कोल ऑप्शन है तुसी यूके का 100% वीजा लै सकते हो ठीक है क्योंकि ठीक है तुसी मार्केट सुन रहे हो कि 2020 पास आउट तो बाद यूनिवर्सिटी एक्सैप्ट नहीं कर रही है लेकिन साई ओवरसीज के कोल ऑप्शन हैगी है और मैं वो बच्चों के वीजे भी रेगुलर तुम्हें दिखा रहा जेडे कि प्लस 2 के 4-5 साल के गैप के नाल बच्चों के वीजे आ रहे हैं ठीक है साढ़े सारे कॉलर असं शो के दौरान कॉल नहीं लै सकते क्योंकि इनफॉर्मेशन देनी भी जरूरी है सर किसी कंसल्टेंट नाल बैठ के चर्चा चल रही थी तो उन्होंने दसिया भी यूनिवर्सिटी जी है वो सडनली कुछ एक बच्चों का सोर्स ऑफ इनकम मंगन लग गई कि कितों आया ये पिछे का कारण की है हाँ डेफिनेटली मैम देखो मैं ये चीज़ हमेशा दसना चाहूँगा अपनी व्यूअर्स को लास्ट शो मैं डिस्कलोज किया कि जदों तुसी एक वड्डी एंट्री अपने अकाउंट च मारोगे मीनस कि अगर तुहाडे 17 तो 18 लाख रुपया तुहाडे मेन एप्लीकेंट की रिक्वायरमेंट है बिकॉज ऑफ तुसी फीस 6 मंथ की पे की है तो जिहड़ी अमाउंट है सम टाइम बच्चे प्रॉपर नॉलेज होन ना करके पेरेंट्स नूं प्रॉपर नॉलेज नहीं है किसी फाइनेंसर की हैल्प लै रहे हैं तो फाइनेंसर की करते हैं कि 2 चैक के थ्रू 7 लाख की एंट्री मारी 6 लाख की एंट्री मारी 13-14 लाख रुपया कंप्लीट किया स्टेटमेंट दी और अपने जो चार्जेस ने उन्होंने उन्होंने चार्ज कर लेते हैं लेकिन क्योंकि उन्होंने फील नहीं है उन्होंने नॉलेज नहीं है ना कि किस तरह फंड दिखाने हैं सो दैट्स वाई कि अगर तुसी फंड अपने दिखाओ अपने नहीं दिखा रहे किसी फाइनेंसर की हेल्प लै रहे हो तो अपने कंसलटेंट तो एडवाइस जरूर लो कि सर मैं किस तरह फंड दिखावा क्योंकि जो सोर्स ऑफ इनकम यूनिवर्सिटी ने मांग लिया तो तुम्हें दिखाना बहुत ज़्यादा मुश्किल है क्योंकि अगर तुम ये चीज़ दिखा रहे हो कि जो 6 to 7 lakh मेरे आया मैं गोल्ड सेल किया ठीक है तुम्हें ये चीज़ एडवाइस कर देंगे कि सर तुम काम करो तुम एम्बेसी यूनिवर्सिटी में ही भेज दो कि असी गोल्ड सेल किया अपने मदर का या अपने फादर का सो लेकिन जो यूनिवर्सिटीज भी स्मार्ट ने वह भी समझदिया ने कि जोड़ा बच्चा गोल्ड सेल करके स्टडी कर आ रहा तो यदा मतलब कि वो को अच्छे साउंड इन्नी फैमिली नहीं है इन्ना उन्होंने को पैसा अच्छा नहीं है तुम्हारी फाइल वीक हो जाएगी वो बिकॉज ऑफ कि सोचेगा जोड़ा बच्चा बहर पढ़न वास्ते अपने फंड शो करन वास्ते ही गोल्ड सेल करके पैसे पूरे कर रहे हैं उत्थे जाके किस तरह सर्वाइव करेगा सो उदे तुहाडा कैश आने दे भी तुहाडी प्रॉब्लम आ सकती है सो उदे वास्ते एडवाइस ये है कि राइट एडवाइस ये है कि तुसी छोटी अमाउंट दे नाल अपने पैसे कंप्लीट करो तद ही तुहानू उस चीज़ का बेनीफिट है और तुसी इस टेंशन तो बच सकते हो जी कॉलर नाल ने साडे अगले बहुत बहुत स्वागत की जानकारी चाहते हो जी मैं राजवीर जी की सवाल है राजवीर
ਮੈਡਮ ਮੈਂ ਪੁੱਛਣਾ ਸੀਗਾ ਕਿ ਐਕਚੁਅਲੀ ਨਾ ਵਾਈਫ ਨੇ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਸੀਗਾ, ਉਹਦੀ ਨਰਸਿੰਗ ਹੈ ਜੀ ਇੱਥੇ ਪੰਜਾਬ 'ਚ, ਠੀਕ ਹੈ, ਅਤੇ ਉਹਨੇ ਦੋ ਵਾਰੀ ਆਪਾਂ ਫਾਈਲ ਲਗਾਈ ਕੈਨੇਡਾ ਦੀ ਅਤੇ 20 'ਚ ਵੀ ਰਿਫਿਊਜ਼ ਹੋ ਗਈ ਸੀ, 21 'ਚ ਵੀ ਲਗਾਈ ਸੀ, ਸੈਪਟੈਂਬਰ ਇੰਟੇਕ ਦਾ ਵੀ ਰਿਫਿਊਜ਼ ਹੋ ਗਈ ਸੀ, ਠੀਕ ਹੈ, ਅਤੇ ਹੁਣ ਐਕਚੁਅਲੀ ਆਈਲੈਟਸ ਉਹਨੇ ਦੁਬਾਰਾ ਕੀਤੀ ਹੈ ਅਤੇ ਹੁਣ ਉਹਦੇ ਸਾਡੇ 5 ਹੈਗੇ ਨੇ, 2 ਮੋਡਿਊਲ ਦੇ ਵਿੱਚ 2 'ਚ 6 ਹੈਗੇ ਨੇ, ਠੀਕ ਹੈ, ਅਤੇ ਕੈਨੇਡਾ ਆਪਾਂ ਹੁਣ ਲਗਾਉਣਾ ਨਹੀਂ ਕਿਉਂਕਿ 5.5 ਬੈਂਡ ਦੇ ਨਾਲ ਵੀਜ਼ਾ ਮੁਸ਼ਕਿਲ ਹੈ, ਠੀਕ ਹੈ, ਅਤੇ ਮੈਂ ਸੋਚ ਰਿਹਾ ਸੀਗਾ ਤੁਹਾਡਾ ਸ਼ੋਅ ਦੇਖ ਰਿਹਾ ਸੀਗਾ, ਜੇ ਅਗਰ ਇੱਦਾਂ ਆਪਾਂ ਯੂਕੇ ਦੀ ਫਾਈਲ ਲਗਾਈਏ ਅਤੇ ਸਪਾਊਸ ਮੈਂ ਨਾਲ ਜਾਣਾ ਹੋਵਾਂ ਤਾਂ ਮਤਲਬ ਜਾ ਸਕਦੇ ਹਾਂ? ਸਰ ਤੁਹਾਡੀ ਵਾਈਫ ਦੀ ਸਟੱਡੀ ਕਦੋਂ ਕੰਪਲੀਟ ਹੋਈ ਹੈ ਅਤੇ ਹੁਣ ਇਸ ਟਾਈਮ ਉਹ ਜੌਬ ਰਨਿੰਗ ਚੱਲ ਰਹੀ ਹੈ ਉਹਨਾਂ ਦੀ ਕਿਸੇ ਡਿਪਾਰਟਮੈਂਟ? 2019 ਦੇ ਵਿੱਚ ਉਹਦੀ ਸਟੱਡੀ ਕੰਪਲੀਟ ਹੋਈ ਸੀਗੀ, ਉਸ ਤੋਂ ਬਾਅਦ ਉਹ ਜੌਬ ਵੀ ਕਰਦੀ ਹੈ ਨਾਲ ਆਈਲੈਟਸ ਵੀ ਕਰਦਾ, ਔਰ ਮੈਂ ਤੁਹਾਨੂੰ ਦੱਸਦਾ ਕਿ ਮੇਰਾ ਇੱਕ ਬੇਬੀ ਵੀ ਹੈਗਾ, ਮਤਲਬ 11 ਜਨਵਰੀ ਨੂੰ ਸਾਲ ਦੀ ਹੋਈ ਕੁੜੀ ਆ। ਓਕੇ, ਠੀਕ ਹੈ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਤੁਸੀਂ ਰਾਜਵੀਰ। ਰਾਜਵੀਰ ਕੋਈ ਪ੍ਰੋਬਲਮ ਨਹੀਂ ਹੈ, ਡੈਫੀਨਿਟਲੀ ਤੁਸੀਂ ਅਪਲਾਈ ਕਰ ਸਕਦੇ ਹੋ, ਔਰ ਵਿਦ ਬੇਬੀ ਡੈਫੀਨਿਟਲੀ ਤੁਹਾਨੂੰ ਮੈਂ ਵੀਜ਼ਾ ਲੈ ਕੇ ਦਾਂਗਾ, ਔਰ ਵਿਦ ਬੇਬੀ ਮੈਂ ਖਾਸ ਕਰਕੇ ਕਹਾਂਗਾ ਕਿ ਅਗਰ ਅਪਲਾਈ ਕਰਨਾ ਤੇ ਇੱਕ ਵਾਰੀ ਸਾਈਨ ਓਵਰਸੀਜ਼ ਵਿਜ਼ਿਟ ਜ਼ਰੂਰ ਕਰਨਾ, ਫਿਰ ਤੁਸੀਂ ਚਾਹੇ ਕਿਸੇ ਹੋਰ ਕੰਸਲਟੈਂਟ ਤੋਂ ਵੀ ਐਡਵਾਈਸ ਲੈ ਸਕਦੇ ਹੋ, ਮੈਂ ਤੁਹਾਨੂੰ ਮਨਾ ਨਹੀਂ ਕਰਾਂਗਾ, ਲੇਕਿਨ ਇੱਕ ਵਾਰੀ ਸਾਡੇ ਕੋਲ ਜ਼ਰੂਰ ਵਿਜ਼ਿਟ ਕਰਨਾ ਤਾਂ ਕਿ ਮੈਂ ਤੁਹਾਨੂੰ ਦਿਖਾਵਾਂਗਾ ਕਿ ਸਾਈਨ ਓਵਰਸੀਜ਼ ਨੇ ਸਪਾਊਸ ਵਿਦ ਚਾਈਲਡ ਕਿੰਨਾ ਵੀਜ਼ਾ ਅਪਰੂਵ ਕਰਵਾ ਕੇ ਦਿੱਤੇ ਨੇ, ਸੋ ਉਹਦੇ 'ਚ ਕੋਈ ਵਰੀ ਕਰਨ ਵਾਲੀ ਗੱਲ ਨਹੀਂ ਹੈ। ਕੈਨੇਡਾ ਦੇ ਵਿੱਚ ਤਾਂ ਹਮੇਸ਼ਾ ਮੈਂ ਦੱਸਦਾ ਆ ਰਿਹਾ ਕਿ ਬਹੁਤ ਸਟ੍ਰਿਕਨੈਸ ਹੋ ਗਈ ਹੈ ਬਿਕੋਜ਼ ਆਫ, ਉੱਥੇ ਮੈਡਮ ਕੈਨੇਡਾ ਦੇ ਵਿੱਚ ਅੱਜ ਸੋਸ਼ਲ ਮੀਡੀਆ ਕਰਕੇ ਕੋਈ ਚੀਜ਼ ਛੁਪੀ ਨਹੀਂ ਹੈ, ਕੋਈ ਚੀਜ਼ ਹਿਡਨ ਨਹੀਂ ਹੈ, ਡੇਲੀ ਕੋਈ ਨਾ ਕੋਈ ਪੋਸਟ ਆ ਰਹੀ ਹੈ ਕਿ ਅੱਜ ਉੱਥੇ ਪੰਜਾਬੀਆਂ ਦੀ ਲੜਾਈ ਹੋਈ, ਅੱਜ ਫਲਾਣੇ ਬੰਦੇ ਦੀ ਡੈਥ ਹੋ ਗਈ, ਅੱਜ ਲੜਕੀ ਦੀ ਡੈਥ ਹੋ ਗਈ, ਅੱਜ ਲੜਕੇ ਦੀ ਡੈਥ ਹੋ ਗਈ ਹੈ, ਸੋ ਇਹੀ ਰੀਜ਼ਨ ਹੈ ਕਿਤੇ ਨਾ ਕਿਤੇ ਕੈਨੇਡਾ ਇਸ ਰੀਜ਼ਨ ਕਰਕੇ ਹੀ ਸਟ੍ਰਿਕਟ ਹੋਇਆ, ਹੋਰ ਕੋਈ ਰੀਜ਼ਨ ਨਹੀਂ ਇਹਦੇ ਪਿੱਛੇ, ਤੁਹਾਨੂੰ ਕੋਈ ਵੀ ਕੰਸਲਟੈਂਟ ਕੋਈ ਵੀ, ਕਿਉਂਕਿ ਪੰਜਾਬੀ 'ਚ ਕਹਿੰਦੇ ਨਾ ਮੈਮ ਕਿ ਜਿੰਨੇ ਮੂੰਹ ਉਨੀਆਂ ਗੱਲਾਂ, ਸੋ ਇੱਕ ਕਹਾਵਤ ਹੈ ਬਹੁਤ ਚੈਨਮੈਨ ਹੈ, ਲੇਕਿਨ ਰਿਐਲਿਟੀ ਜਿਹੜੀ ਕਿ ਯੂਨੀਵਰਸਲ ਟਰੁੱਥ ਇਹੀ ਹੈ ਕਿ ਪੰਜਾਬੀਆਂ ਨੇ ਉੱਥੇ ਲੜਾਈਆਂ ਕਰ ਕਰਕੇ ਕੈਨੇਡਾ ਬਹੁਤ ਜ਼ਿਆਦਾ ਸਟ੍ਰਿਕਟ ਕਰ ਦਿੱਤਾ, ਔਰ ਹੁਣ ਆਉਣ ਵਾਲੇ ਟਾਈਮ ਵਿੱਚ ਸਾਲ 2 ਸਾਲ ਤੱਕ ਜੇ ਇਹ ਚੀਜ਼ ਨਾ ਘਟੀ ਤਾਂ ਸਟ੍ਰਿਕਨੈਸ ਇਸ ਤਰ੍ਹਾਂ ਹੀ ਵਧਦੀ ਜਾਏਗੀ। ਵੀਜ਼ਾ ਸਕਸੈਸ ਰੇਟ ਦੇ ਪਿੱਛੇ ਮੈਂ ਕਹਾਂਗਾ ਕਿ 90% ਰਿਫਿਊਜ਼ਲ ਸੀ, ਸਿਰਫ 10% ਵੀਜ਼ਾ ਆ ਰਹੇ ਸੀ, ਹੁਣ ਕੁਛ ਇੰਪਰੂਵਮੈਂਟ ਆਈ ਹੈ, ਹੁਣ ਮੈਂ ਕਹਾਂਗਾ ਕਿ 30-40% ਵੀਜ਼ਾ ਅਪਰੂਵ ਹੋ ਰਹੇ ਨੇ, ਲੇਕਿਨ ਫਿਰ ਇਹ ਸਿਨੈਰੀਓ ਅਗਰ ਦੁਬਾਰਾ ਹੋਇਆ ਤਾਂ ਦੁਬਾਰਾ ਅੰਬੈਸੀ ਨੂੰ ਸਟ੍ਰਿਕਟ ਹੁੰਦੇ, ਟਾਈਮ ਨਹੀਂ ਲੱਗਣਾ, ਫਿਰ ਦੁਬਾਰਾ ਵੀਜ਼ਾ ਰਿਫਿਊਜ਼ ਹੁੰਦੇ, ਦੁਬਾਰਾ 10% ਵੀਜ਼ਾ ਸਕਸੈਸ ਰੇਟ ਆਉਂਦੇ ਤਾਂ ਟਾਈਮ ਨਹੀਂ ਲੱਗਣਾ, ਸੋ ਇਹੀ ਰੀਜ਼ਨ ਹੈ ਕਿ ਅੱਜ ਇਸ ਤਰ੍ਹਾਂ ਦੀਆਂ ਬਹੁਤ ਜੈਨੂਇਨ ਪ੍ਰੋਫਾਈਲਸ ਵੀ ਰਿਫਿਊਜ਼ ਹੋ ਰਹੀਆਂ। ਅੱਛੇ ਮੈਂ ਕਹਾਂਗਾ ਜਿਹਨਾਂ ਦੇ ਬੱਚੇ ਦੇ ਬੈਂਡ 6-7 ਬੈਂਡ, ਉਹ ਬੱਚਿਆਂ ਦੇ 6 ਈਚ ਬੈਂਡ 7.5 ਬੈਂਡ ਤੱਕ ਵੀ ਮੈਂ ਰਿਫਿਊਜ਼ਲ ਦੇਖਿਆ ਨੇ, ਜਿਹੜਾ ਮੈਂ ਯੂਕੇ ਵੀਜ਼ਾ ਅਪਰੂਵ ਕਰਵਾ ਕੇ ਦਿੱਤੇ ਨੇ, ਕਿਉਂਕਿ ਯੂਕੇ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਇੱਕ ਸਿੰਗਲ ਵੀ ਕੋਈ ਵੀ, ਮੈਂ ਤਾਂ ਨਹੀਂ ਦੇਖਿਆ, ਵੈਰੀ ਫਰੈਂਕਲੀ ਟੂ ਸੇ ਦੈਟ ਕਿ ਮੈਂ ਕੋਈ ਬੱਚਾ ਨਹੀਂ, ਕੋਈ ਇੰਸਟਾਗ੍ਰਾਮ 'ਤੇ ਕੋਈ ਪੋਸਟ ਨਹੀਂ ਦੇਖੀ, ਕੋਈ ਫੇਸਬੁੱਕ 'ਤੇ ਕੋਈ ਇਸ ਤਰ੍ਹਾਂ ਦੀ ਪੋਸਟ ਨਹੀਂ ਦੇਖੀ ਕਿ ਉੱਥੇ ਜਾ ਕੇ ਲੜਾਈ ਹੋਈ ਹੋਵੇ ਜਾਂ ਕਿਸੇ ਦੀ ਕੋਈ ਡੈਥ ਹੋਈ ਹੈ, ਕੁਛ ਇਸ ਤਰ੍ਹਾਂ ਦਾ ਨਹੀਂ ਹੈ। ਇਸ ਕਰਕੇ ਹੀ ਅੱਜ ਦੀ ਡੇਟ ਦੇ ਵਿੱਚ ਯੂਕੇ ਸਕਸੈਸ ਰੇਟ ਬਹੁਤ ਜ਼ਿਆਦਾ, ਲੇਕਿਨ ਥੋੜ੍ਹਾ ਜਿਹਾ ਪੰਜਾਬ ਨੂੰ ਜਿਹੜਾ ਕਿ ਯੂਨੀਵਰਸਿਟੀ ਸਟ੍ਰਿਕਟ ਨੇ ਉਹ ਇਸ ਚੀਜ਼ ਨੂੰ ਲੈ ਕੇ ਕਿ ਪੰਜਾਬੀ ਉੱਥੇ ਜਾ ਕੇ ਸਟੂਡੈਂਟ ਕੰਟੀਨਿਊ ਸਟੱਡੀ ਨਹੀਂ ਕਰ ਰਹੇ, ਅਗਰ ਇਹ ਵੀ ਪ੍ਰੋਬਲਮ ਨਾ ਆਵੇ ਨਾ ਮੈਮ ਤੇ ਦੁਬਾਰਾ ਵਿਦਆਊਟ ਆਇਲਸ ਹਰ ਯੂਨੀਵਰਸਿਟੀ ਬੱਚੇ ਅਸੈਪਟ ਕਰਨਾ ਸਟਾਰਟ ਕਰ ਦੇ। ਬਿਲਕੁਲ, ਸਾਡੇ ਕਾਲਰਸ ਲਗਾਤਾਰ ਸਾਡੇ ਨਾਲ ਜੁੜ ਰਹੇ ਨੇ, ਜਿਹੜੇ ਸਾਡੇ ਦਰਸ਼ਕਾਂ ਦਾ ਅਸੀਂ ਸ਼ੋਅ ਦੇ ਦੌਰਾਨ ਕਾਲ ਨਹੀਂ ਲੈ ਪਾਵਾਂਗੇ, ਉਹ ਸਾਡੇ ਸ਼ੋਅ ਤੋਂ ਬਾਅਦ ਵੀ ਕਾਲ ਕਰ ਸਕਦੇ ਨੇ। ਸਰ 2 ਸਵਾਲ ਨੇ ਇੱਕ ਦੇ ਨਾਲ ਨਾਲ, ਇੱਕ ਤਾਂ ਵਿਦਆਊਟ ਆਇਲਸ ਕਿਸ ਤਰੀਕੇ ਦਾ ਚੱਲ ਰਿਹਾ, ਚੱਲੇਗਾ ਅੱਗੇ ਕਿ ਨਹੀਂ ਚੱਲੇਗਾ, ਦੂਜਾ ਇਹ ਸਵਾਲ ਕਿ ਹੋਰ 2 ਮਹੀਨਿਆਂ ਨੂੰ ਬੱਚਿਆਂ ਦੇ ਪੇਪਰ ਹੋਣੇ ਸ਼ੁਰੂ ਹੋ ਜਾਣੇ ਆ ਪਲੱਸ 2 ਵਾਲਿਆਂ ਲਈ, ਕੀ ਗਾਈਡ ਕਰਨਾ ਚਾਹੋਗੇ ਸਟੂਡੈਂਟ? ਮੈਂ ਉਹ ਸਾਰੇ ਬੱਚਿਆਂ ਨੂੰ ਇਹੀ ਗਾਈਡ ਕਰਾਂਗਾ, ਪਲੀਜ਼ ਤੁਸੀਂ ਵਿਦਆਊਟ ਆਇਲਸ ਦੇ ਚੱਕਰ ਵਿੱਚ ਨਾ ਰਹਿਣਾ, ਵਿਦਆਊਟ ਆਇਲਸ ਅਸੀਂ ਪ੍ਰਮੋਟ ਕਰ ਰਹੇ ਹਾਂ, ਡੈਫੀਨੇਟਲੀ ਵਿਦਆਊਟ ਆਇਲਸ ਸਾਡੇ ਕੋਲ ਆਪਸ਼ਨ ਹੈ, ਲੇਕਿਨ ਸਿਰਫ 1 ਜਾਂ 2 ਯੂਨੀਵਰਸਿਟੀਜ਼ ਸੀ, ਲੇਕਿਨ ਅਗਰ ਤੁਸੀਂ ਵਿਦ ਆਇਲਸ ਅਪਲਾਈ ਕਰ ਰਹੇ ਹੋ ਸਾਡੇ ਕੋਲ ਨੀਅਰ ਅਬਾਊਟ 20-25 ਯੂਨੀਵਰਸਿਟੀਜ਼ ਦੀ ਆਪਸ਼ਨ ਹੈ, ਕਿਉਂਕਿ ਬਹੁਤ ਸਾਰੀ ਯੂਨੀਵਰਸਿਟੀਜ਼ ਨੇ ਨੌਰਥ ਸਾਈਡ ਦੇ ਵਿੱਚ ਪੰਜਾਬ ਔਰ ਹਰਿਆਣਾ ਦੇ ਬੱਚਿਆਂ ਨੂੰ ਲੈਣਾ ਹੀ ਬੰਦ ਕਰ ਦਿੱਤਾ। ਹਾਂ, ਦਿੱਲੀ ਦੇ ਬੱਚਿਆਂ ਨੂੰ ਜ਼ਰੂਰ ਪ੍ਰੈਫਰ ਕਰ ਰਹੇ ਨੇ, ਜਾਂ CBSE ਬੱਚੇ ਜਿਹੜੇ ਹੈਗੇ ਨੇ ਉਹ ਜ਼ਰੂਰ ਵਿਦਆਊਟ ਆਇਲਸ ਅਪਲਾਈ ਕਰ ਸਕਦੇ ਆ ਅਗਰ ਤੁਹਾਡੇ 70% ਮਾਰਕਸ ਹੈ ਇੰਗਲਿਸ਼ ਦੇ ਵਿੱਚ, ਲੇਕਿਨ ਅਗਰ ਤੁਸੀਂ CBSE ਸਟੂਡੈਂਟ ਨਹੀਂ ਹੋ, ਤੁਸੀਂ ਪੰਜਾਬ ਜਾਂ ਕਿਸੇ ਹੋਸਟ ਬੋਰਡ ਦੇ ਪੜ੍ਹੇ ਹੋਏ ਸਟੂਡੈਂਟ ਹੋ, ਫਿਰ ਤੁਹਾਡੇ ਵਾਸਤੇ ਆਇਲਸ ਮੰਡੇਟਰੀ ਹੈ, ਔਰ ਵਿਦਆਊਟ ਆਇਲਸ ਅਗਰ ਆਪਸ਼ਨ ਕਰਾਂ ਪੰਜਾਬ ਬੋਰਡ ਦੇ ਵਿੱਚ 1-2 ਯੂਨੀਵਰਸਿਟੀਜ਼ ਦੀ ਆਪਸ਼ਨ ਹੈ, ਲੇਕਿਨ ਨੰਬਰ ਆਫ ਐਪਲੀਕੇਸ਼ਨਸ ਨੇ ਬਹੁਤ ਸਾਰੇ ਬੱਚੇ ਆਉਣਗੇ, ਹਰ ਬੱਚਿਆਂ ਦਾ ਕੇਸ ਨਿਕਲ ਨਹੀਂ ਪਾਏਗਾ, ਫਿਰ ਡੈਫਰ ਹੋਏਗਾ, ਸੋ ਬੈਟਰ ਇਹੀ ਹੈ ਕਿ ਤੁਸੀਂ ਆਇਲਸ ਕਰਕੇ ਆਓਗੇ ਤਾਂ ਸਾਡੇ 3-4 ਯੂਨੀਵਰਸਿਟੀਜ਼ ਦੇ ਵਿੱਚ ਤੁਹਾਡਾ ਅਪਲਾਈ ਕਰਾਂਗੇ, ਬਿਕੋਜ਼ ਆਫ ਕਿ ਤੁਹਾਡਾ ਅਗਰ 1 ਯੂਨੀਵਰਸਿਟੀ ਤੋਂ ਕੇਸ ਨਹੀਂ ਆ ਰਿਹਾ ਤਾਂ ਦੂਸਰੀ ਯੂਨੀਵਰਸਿਟੀ ਤੋਂ ਕੇਸ ਲੈ ਕੇ ਅਸੀਂ ਤੁਹਾਡੀ ਪ੍ਰੋਫਾਈਲ ਲਾ ਕੇ ਤੁਹਾਨੂੰ ਵੀਜ਼ਾ ਲੈ ਕੇ ਦੇ ਸਕੀਏ, ਤੁਹਾਡਾ ਕੇਸ ਡੈਫਰ ਨਾ ਹੋਏ।
ਸੋ ਇਹ ਇਨਫੋਰਮੇਸ਼ਨ ਅਗਰ ਤੁਸੀਂ ਮੇਰੀ ਅਡਾਪਟ ਕਰੋਗੇ ਇਸ ਪਲੇਟਫਾਰਮ ਤੇ ਤੁਸੀਂ ਚੱਲੋਗੇ ਤਾਂ ਡੈਫੀਨਿਟਲੀ ਤੁਸੀਂ ਯੂਕੇ ਜ਼ਰੂਰ ਪਹੁੰਚੋਗੇ। ਬਿਲਕੁਲ ਜੀ, ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਣ ਵਾਲਾ ਹੈ ਇਸੇ ਸਲਾਹ ਦਾ। ਸਰ, ਅਪਕਮਿੰਗ ਇਨਟੇਕ ਸਾਡੇ ਕੋਲ ਯੂਕੇ ਦਾ ਕਿਹੜਾ ਹੈ? ਸਾਈਪ੍ਰਸ ਦੀ ਗੱਲ ਵੀ ਜ਼ਰੂਰ ਕਰਾਂਗੇ, ਕੀ ਸਿਨੈਰੀਓ ਚੱਲ ਰਿਹਾ? ਦੇਖੋ, ਨੈਕਸਟ ਇਨਟੇਕ ਮੇਰੇ ਕੋਲ ਮਈ ਇਨਟੇਕ ਵੀ ਹੈ, ਮੈਂ ਜੁਲਾਈ ਇਨਟੇਕ ਵੀ ਹੈ, ਔਰ ਸੈਪਟੈਂਬਰ ਇਨਟੇਕ ਵੀ ਹੈ। ਸੋ ਇਹ ਤਿੰਨੋਂ ਇਨਟੇਕ ਤੁਹਾਡੇ ਕੋਲ ਅਵੇਲੇਬਲ ਹੈ ਸਾਈਂ ਓਵਰਸੀਜ਼ ਦੇ ਕੋਲ। ਸਿਰਫ ਤੁਸੀਂ ਕਰਨਾ ਕੀ ਹੈ, ਆਪਣੇ ਡਾਕੂਮੈਂਟਸ ਲੈ ਕੇ, ਆਪਣਾ ਆਈ ਸਕੋਰ ਕਾਰਡ ਲੈ ਕੇ ਸਾਈਂ ਓਵਰਸੀਜ਼ ਵਿਜ਼ਿਟ ਕਰਨਾ, ਆਪਣਾ ਕੇਸ ਅਪਲਾਈ ਕਰਨਾ, ਔਰ ਸਾਰੀ ਪੇਮੈਂਟ ਦੇਣੀ ਵੀ ਹੈ ਵੀਜ਼ਾ ਲੱਗਣ ਤੋਂ ਬਾਅਦ। ਅਗਰ ਤੁਸੀਂ ਚਾਹ ਰਹੇ ਹੋ ਤੁਸੀਂ ਇੱਕ ਪੈਕੇਜ ਦੇ ਵਿੱਚ ਡੀਲ ਹੋਣਾ, ਤੁਸੀਂ ਪਹਿਲੇ ਕੋਈ ਨਹੀਂ ਪੇਮੈਂਟ ਦੇਣਾ ਚਾਹ ਰਹੇ, ਕਿਸੇ ਵੀ ਤਰ੍ਹਾਂ ਦੀ ਕੋਈ ਪੇਮੈਂਟ ਨਹੀਂ ਹੈ, ਸਾਰੀ ਪੇਮੈਂਟ ਤੁਹਾਡੇ ਕੋਲ ਆਫਟਰ ਗੈਟਿੰਗ ਵੀਜ਼ਾ ਹੀ ਚਾਰਜ ਕੀਤੀ ਜਾਏਗੀ। ਸੋ ਇਸ ਤੋਂ ਵਧੀਆ ਅਪਰਚੁਨਿਟੀ ਮੈਨੂੰ ਲੱਗਦਾ ਆਪਸ਼ਨ ਤੁਹਾਨੂੰ ਕੋਈ ਕੰਪਨੀ ਨਹੀਂ ਦੇਗੀ। ਔਰ ਅਗਰ ਤੁਸੀਂ ਵੀਜ਼ਾ ਵੀ, ਠੀਕ ਹੈ, ਬਹੁਤ ਸਾਰੀ ਕੰਪਨੀਜ਼ ਕਹਿ ਵੀ ਰਹੀ ਹੋਣਗੀਆਂ ਕਿ ਅਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ, ਲੇਕਿਨ ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਕੁਛ ਨਾ ਕੁਛ ਪੈਸੇ ਕਮਾ ਕੇ ਤੁਹਾਡੇ ਕੋਲ ਫਿਰ ਵੀ 2-3 ਲੱਖ ਰੁਪਏ ਚਾਰਜ ਕਰ ਹੀ ਲੈਂਦੇ ਨੇ। ਸੋ ਅਗਰ ਸਾਈਂ ਓਵਰਸੀਜ਼ ਆਓਗੇ, ਸਾਈਂ ਓਵਰਸੀਜ਼ ਤੁਹਾਨੂੰ ਗਰੰਟਿਡ ਵੀਜ਼ਾ ਲੈ ਕੇ ਦੇਗੀ ਔਰ ਪੇਮੈਂਟ ਲੇਗੀ ਵੀਜ਼ਾ ਲੱਗਣ ਤੋਂ ਬਾਅਦ। ਬਿਲਕੁਲ, ਕਾਲਰ ਨਾਲ ਜੁੜ ਰਹੇ ਨੇ ਸਾਡੇ ਲਗਾਤਾਰ। ਹਾਂਜੀ, ਕੀ ਸਵਾਲ ਹੈ ਜੀ? ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਜੀ, ਕੀ ਸਵਾਲ ਹੈ? ਹਾਂਜੀ ਮੈਮ, ਆਪਾਂ ਸਰ ਹੁਣਾਂ ਨੂੰ ਪੁੱਛਣਾ ਸੀ। ਸਤਿ ਸ੍ਰੀ ਅਕਾਲ ਸਰ ਜੀ। ਸਤਿ ਸ੍ਰੀ ਅਕਾਲ ਮੈਮ। ਹਾਂਜੀ ਸਰ ਜੀ, ਮੈਂ ਇਹ ਪੁੱਛਣਾ ਸੀਗਾ, ਜਿੱਦਾਂ ਹਨਾ ਮਨਿੰਦਰ ਕੌਰ ਗੱਲ ਕਰ ਰਹੀ ਹੈਗੀਆਂ ਲੁਧਿਆਣੇ ਤੋਂ। ਸਰ ਜੀ, ਜਿੱਦਾਂ ਹਨਾ ਮੇਰਾ 2013 ਦੀ BA ਕੀਤੀ ਹੋਈ ਆ, ਬਟ ਮੇਰੇ ਕੋਲ ਹਨਾ BA ਦੇ ਜਿਹੜੇ ਸਰਟੀਫਿਕੇਟ ਸੀ ਉਹ ਮਿਸਪਲੇਸ ਹੋ ਗਏ ਸੀ, ਤਾਂ ਉਹ ਹੁਣ ਡੁਪਲੀਕੇਟ ਮੈਂ ਕਢਾਏ ਹੋਏ ਆ ਜੀ। ਤੇ ਮੇਰੇ 7 ਬੈਂਡ ਹੈਗੇ ਆ, ਤੇ ਇੱਕ ਜੋ 6.5 ਮਤਲਬ ਘੱਟ ਤੋਂ ਘੱਟ ਮੇਰੇ ਕੋਲ 6.5 ਹੈਗੇ ਆ, ਤੇ ਮੇਰੀ ਫਾਈਲ ਜਿੱਦਾਂ ਲੱਗ ਜਾਏਗੀ UK ਦੇ ਵਿੱਚ, ਜਿੱਦਾਂ ਕਹਿੰਦੇ ਕਿ ਇੰਨਾ ਗੈਪ ਚੱਲਦਾ ਨੀ ਹੈਗਾ। ਜੀ ਮੈਮ, ਜੀ ਡੈਫੀਨੇਟਲੀ ਮੈਮ। ਦੇਖੋ, ਅਗਰ ਇਸ ਤਰ੍ਹਾਂ ਦੀ ਪ੍ਰੋਫਾਈਲ ਹੈ, ਤੁਹਾਡਾ ਗੈਪ ਬਹੁਤ ਜ਼ਿਆਦਾ, ਇਸ ਚੀਜ਼ ਨੂੰ ਜ਼ਰੂਰ ਸਮਝ ਲੈਣਾ ਕਿ ਅਗਰ 2013-14 ਪਾਸ ਆਊਟ ਹੈ, ਡੈਫੀਨੇਟਲੀ ਤੁਸੀਂ ਫਾਈਲ ਲਗਾ ਸਕਦੇ ਹੋ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਅਗਰ ਤੁਹਾਡਾ ਗੈਪ ਹੈ ਤੁਸੀਂ ਫ੍ਰੀ ਬੈਠੇ ਹੋਏ ਹੋ, ਤੁਹਾਨੂੰ ਉਹ ਕਲੀਅਰ ਕਰਨਾ ਪਏਗਾ ਯੂਨੀਵਰਸਿਟੀ ਨੂੰ ਕੈਸ ਲੈਣ ਵਾਸਤੇ ਤੁਸੀਂ ਗੈਪ ਦੇ ਪੀਰੀਅਡ ਦੇ ਵਿੱਚ ਕੀਤਾ ਕੀ ਹੈ। ਗੈਪ ਕਿਹਨੂੰ ਕਹਿੰਦੇ ਹਾਂ? ਕਿ ਜਦੋਂ ਅਸੀਂ ਫ੍ਰੀ ਬੈਠ ਕੇ, ਸਾਡੀ ਮੈਰਿਜ ਹੋ ਗਈ, ਅਸੀਂ ਮਤਲਬ ਬੇਬੀ ਹੋ ਗਿਆ, ਫਿਰ ਅਸੀਂ ਉਹਦੇ 'ਚ ਬਿਜ਼ੀ ਹੋ ਗਏ, ਫੈਮਿਲੀ ਲਾਈਫ ਵਿੱਚ ਬਿਜ਼ੀ ਹੋ ਗਏ ਆਪਣੇ, ਔਰ ਅਸੀਂ ਕੁਛ ਨਹੀਂ ਕੀਤਾ, ਉਹ ਤੁਹਾਡਾ ਗੈਪ ਹੈ। ਅਗਰ ਤੁਸੀਂ ਕੋਈ ਜੋਬ ਕੀਤੀ ਹੈ, ਕਿਸੇ ਤਰ੍ਹਾਂ ਦੀ ਵੀ ਕੋਈ ਤੁਹਾਡਾ ਆਪਣਾ ਬਿਜ਼ਨਸ ਹੈ, ਤੁਸੀਂ ਉਹ ਪਰੂਫ ਕਰ ਸਕਦੇ ਹੋ, ਤਾਂ ਤੁਹਾਡਾ ਗੈਪ ਨਹੀਂ ਹੈ, ਡੈਫੀਨੇਟਲੀ ਤੁਹਾਨੂੰ ਅਸੀਂ ਵੀਜ਼ਾ ਲੈ ਕੇ ਦੇ ਸਕਦੇ ਹਾਂ। ਸਿਰਫ ਤੁਸੀਂ ਸਾਈਂ ਓਵਰਸੀਜ਼ ਵਿਜ਼ਿਟ ਕਰਨਾ, ਆਪਣੇ ਡਾਕੂਮੈਂਟ ਨਾਲ, ਤਾਂ ਤੁਹਾਨੂੰ ਜ਼ਰੂਰ ਵੀਜ਼ਾ ਮਿਲੇਗਾ। ਬਿਲਕੁਲ ਜੀ, ਲੁਧਿਆਣਾ ਤੋਂ ਜਲੰਧਰ ਕੋਈ ਖਾਸਾ ਦੂਰ ਨਹੀਂ ਹੈ ਨਾ ਤੁਸੀਂ? ਲੁਧਿਆਣਾ ਅੱਜ ਵੀ ਆ ਸਕਦੇ। ਮੈਂ ਤਾਂ ਖੁਦ ਹੈਰਾਨ ਹੁੰਦਾ ਕਿ ਦਿੱਲੀ ਤੋਂ ਲੈ ਕੇ ਬੰਬੇ ਤੱਕ ਕਲਾਇੰਟ ਆ ਕੇ ਵਿਜ਼ਿਟ ਕਰਕੇ ਸਾਡੇ ਕੋਲ ਵੀਜ਼ਾ ਲੈ ਰਹੇ। ਰਾਈਟ ਸਰ, ਸਕਸੈਸ ਰੇਟ ਹੈ ਨਾ ਫਿਰ? ਉਹ ਮੈਂ ਜਦੋਂ ਉਹਨਾਂ ਨੂੰ ਵੀਜ਼ਾ ਡਿਸਟ੍ਰਿਬਿਊਟ ਕਰਦਾ ਵੀ ਹਾਂ, ਤਾਂ ਪੁੱਛਦਾ ਕਿ ਸਰ ਤੁਸੀਂ ਉੱਥੋਂ ਦਿੱਲੀ ਤੋਂ ਜਾਂ ਕਾਫੀ ਬਠਿੰਡੇ ਤੋਂ, ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ, ਕਿ ਉੱਥੇ ਵੀ ਬਹੁਤ ਸਾਰੇ ਆਫਿਸਿਸ ਨੇ, ਤੁਸੀਂ ਸਾਈਂ ਓਵਰਸੀਜ਼ ਹੀ ਕਿਉਂ ਚੂਜ਼ ਕੀਤਾ, ਕਿਉਂ ਪ੍ਰੈਫਰ ਕੀਤਾ ਕਿ ਮੈਂ ਸਾਈਂ ਓਵਰਸੀਜ਼ ਹੀ ਆਪਣੀ ਫਾਈਲ ਲਗਵਾਉਣੀ ਹੈ? ਅਤੇ ਹਰ ਇੱਕ ਦਾ ਕਹਿਣਾ ਹੁੰਦਾ, ਸਰ ਸਾਡੇ 4 ਵੀਜ਼ੇ ਰਿਲੇਟਿਵ ਦੇ ਤੁਹਾਡੇ ਕੋਲ ਲੱਗ ਚੁੱਕੇ ਨੇ, ਕੋਈ ਕਹਿੰਦਾ 6 ਲੱਗ ਚੁੱਕੇ ਨੇ UK ਦੇ ਵੀਜ਼ਾ, ਕੋਈ ਕਹਿ ਰਿਹਾ ਸਰ ਕਿ ਵੀਜ਼ਾ ਤਾਂ ਨਹੀਂ ਕਿਸੇ ਦਾ ਸਾਡੇ ਤੁਹਾਡੇ ਥਰੂ ਲੱਗੇ ਕਿਸੇ ਦਾ, ਲੇਕਿਨ ਇੰਸਟਾਗ੍ਰਾਮ 'ਤੇ ਇੰਨੀਆਂ ਪੋਸਟਾਂ ਦੇਖੀਆਂ ਕਿ ਸਾਡੇ ਆਲੇ ਦੁਆਲੇ ਪਿੰਡ ਦੇ ਕਿੰਨੇ 100 ਸਾਰੇ ਅਸੀਂ ਦੇਖ ਲਿੱਤੇ, ਜਿਹਨਾਂ ਨੇ ਤੁਹਾਡੇ ਕੋਲ ਅਪਲਾਈ ਕੀਤਾ ਅਤੇ ਜਿਹਨਾਂ ਦੇ ਵੀਜ਼ੇ ਲੱਗੇ, ਉੱਥੋਂ ਕਨਵਿੰਸ ਹੋ ਗਏ ਸੀ ਤੁਹਾਡੇ ਕੋਲ ਆਏ ਹਾਂ। ਰਾਈਟ ਸਰ, ਸਾਈਪ੍ਰਸ ਦੀ ਵੀ ਗੱਲ ਜ਼ਰੂਰ ਕਰੀਏ ਸੀ। ਸਾਈਪ੍ਰਸ ਕੀ ਸਿਨੈਰੀਓ ਹੈ, ਅਪਲਾਈ ਕੌਣ ਕਰੇ, ਬਜਟ ਕਿੰਨਾ ਕੁ ਲੱਗੇਗਾ ਸਾਈਪ੍ਰਸ ਦਾ ਅੱਜ ਜੇ ਅਸੀਂ ਅਪਲਾਈ ਕਰਦੇ ਹਾਂ? ਦੇਖੋ, ਸਾਈਪ੍ਰਸ ਦੇ ਵਿੱਚ ਸਾਈਂ ਓਵਰਸੀਜ਼ ਨੇ ਬਹੁਤ ਵੀਜ਼ਾ ਅਪਰੂਵ ਕਰਵਾ ਕੇ ਦਿੱਤੇ ਨੇ। ਲਾਸਟ ਡੇ ਵੀ ਸਾਡੇ 21 ਵੀਜ਼ਾ ਆਏ ਨੇ, 21 ਵੀਜ਼ਾ ਇੱਕ ਦਿਨ ਸਾਈਪ੍ਰਸ ਦੇ ਅਸੀਂ ਅਪਰੂਵ ਕਰਵਾਏ ਨੇ। ਸੋ ਬਹੁਤ ਜ਼ਿਆਦਾ ਵੀਜ਼ਾ ਆ ਰਹੇ ਨੇ। ਸਿਰਫ ਅਪਲਾਈ ਕਿਹੜਾ ਬੱਚਾ ਕਰ ਸਕਦਾ? ਜਿਹਦੀ ਕੁਆਲੀਫਿਕੇਸ਼ਨ ਮਿਨੀਮਮ 10+2 ਹੋਏਗੀ। 10+2 ਦੇ ਨਾਲ ਤੁਸੀਂ ਆਪਣੀ ਫਾਈਲ ਲਗਾ ਸਕਦੇ ਹੋ, ਵਿਦ ਆਈਲਸ ਵੀ ਲਗਾ ਸਕਦੇ ਹੋ, ਸਾਡੇ ਕੋਲ ਆਪਸ਼ਨ ਹੈ ਵਿਦਆਊਟ ਆਈਲਸ ਵੀ, ਕਿਉਂਕਿ 5 ਬੈਂਡ ਦੀ ਰਿਕੁਆਇਰਮੈਂਟ ਹੈ। ਮੈਕਸੀਮਮ ਕਾਲਜ 5 ਬੈਂਡ ਦੀ ਰਿਕੁਆਇਰਮੈਂਟ ਰੱਖ ਰਿਹਾ ਹੈ, ਲੇਕਿਨ ਸਾਈਂ ਓਵਰਸੀਜ਼ ਦੇ ਕੋਲ ਆਪਸ਼ਨ ਹੈ ਕਿ ਤੁਸੀਂ ਵਿਦਆਊਟ ਆਈਲਸ ਵੀ ਸਾਈਪ੍ਰਸ ਦੇ ਵਿੱਚ ਆ ਸਕਦੇ ਹੋ, ਅਗਰ ਤੁਸੀਂ ਥੋੜ੍ਹਾ ਬਹੁਤ ਇੰਗਲਿਸ਼ ਬੋਲ ਸਕਦੇ ਹੋ। ਸੋ ਇਹ ਨਹੀਂ ਹੈ ਕਿ ਅਗਰ ਤੁਸੀਂ ਬਿਲਕੁਲ ਵੀ ਇੰਗਲਿਸ਼ ਨਹੀਂ ਗੱਲ ਕਰ ਸਕਦੇ, ਬਿਲਕੁਲ ਕਮਿਊਨੀਕੇਟ ਨਹੀਂ ਕਰ ਸਕਦੇ, ਬੋਲ ਨਹੀਂ ਸਕਦੇ, ਸਮਝ ਨਹੀਂ ਸਕਦੇ, ਫਿਰ ਥੋੜ੍ਹਾ ਤੁਹਾਡੇ ਲਈ ਟਫ ਹੈ। ਫਿਰ ਤੁਹਾਡੇ ਲਈ ਬੈਟਰ ਐਡਵਾਈਸ ਇਹ ਹੈ ਕਿ ਤੁਸੀਂ 15-20 ਡੇਜ਼ ਦੀਆਂ ਆਪਣੀ ਸਪੋਕਨ ਦੀਆਂ ਜਾਂ ਆਈਐਲਟੀਐਸ ਦੀ ਕਲਾਸ ਲਗਾਓ। ਬੈਂਡ ਦੀ ਰਿਕੁਆਇਰਮੈਂਟ ਨਹੀਂ ਹੈ, ਲੇਕਿਨ ਯੂਨੀਵਰਸਿਟੀ ਨਾਲ ਤੁਸੀਂ ਥੋੜ੍ਹਾ ਕਮਿਊਨੀਕੇਟ ਕਰ ਸਕੋ, ਤਾਂ ਕਿ ਯੂਨੀਵਰਸਿਟੀ ਨੂੰ ਲੱਗੇ ਕਿ ਹਾਂ ਬੱਚਾ ਥੋੜ੍ਹਾ ਬੋਲ ਸਕਦਾ, ਸਟੱਡੀ ਕਰ ਸਕਦਾ ਆ ਕੇ। ਸੋ ਇਹ ਚੀਜ਼ ਹੈ ਬੇਸਿਕਲੀ, ਕੀ ਹੈ ਕਿ ਯੂਨੀਵਰਸਿਟੀ ਕਾਲਜ ਇਹ ਜਾਣਨਾ ਚਾਹੁੰਦੀ ਹੈ ਕਿ ਜਿਹੜਾ ਬੱਚਾ ਸਾਈਪ੍ਰਸ ਆ ਰਿਹਾ ਹੈ ਕਿ ਉਹ ਬੱਚਾ ਇਹ ਤਾਂ ਨਹੀਂ ਕਿ ਪੰਜਾਬੀ ਤੋਂ ਇਲਾਵਾ ਕੋਈ ਹੋਰ ਲੈਂਗੁਏਜ ਸਮਝ ਨਹੀਂ ਪਾ ਰਿਹਾ। ਅਗਰ ਤੁਸੀਂ ਥੋੜ੍ਹਾ ਬਹੁਤ ਇੰਗਲਿਸ਼ ਸਮਝ ਪਾਓਗੇ, ਬੋਲ ਪਾਓਗੇ, ਤਾਂ ਡੈਫੀਨੇਟਲੀ ਤੁਹਾਨੂੰ ਵੀਜ਼ਾ ਜ਼ਰੂਰ ਲੈ ਕੇ ਦੇਗਾ। ਰਾਈਟ, ਕਦੋਂ ਦਾ ਪਲੱਸ 2 ਜਾਂ ਗ੍ਰੈਜੂਏਸ਼ਨ ਪਾਸ ਆਊਟ ਬੱਚਾ ਚਾਹੀਦਾ? ਅਗਰ ਤੁਹਾਡਾ
2008 ਦੇ ਵਿੱਚ 2008 ਦੇ ਵਿੱਚ ਅਸੀਂ ਬਹੁਤ ਬੱਚਾ ਆਸਟ੍ਰੇਲੀਆ ਭੇਜਿਆ, ਜਿੰਨਾ ਬੱਚਾ ਜਾਂਦਾ ਸੀ ਓਨਾ ਹੀ ਬੱਚਾ, ਬਹੁਤ ਜ਼ਿਆਦਾ ਬੱਚਾ ਵਾਪਸ ਵੀ ਆ ਰਿਹਾ ਸੀ ਬਿਕੋਜ਼ ਆਫ ਕਿ ਇੰਨਾ ਜ਼ਿਆਦਾ ਜਦੋਂ ਕੰਟਰੀ ਦੇ ਵਿੱਚ ਇੱਕ ਵੀਜ਼ਾ ਲੱਗਦਾ ਅਤੇ ਬੱਚੇ ਬਹੁਤ ਜ਼ਿਆਦਾ ਜਾ ਰਹੇ ਆ ਅਤੇ ਇੱਕਦਮ ਉਹਨਾਂ ਨੂੰ ਕੰਮ ਦੀ ਆਪਸ਼ਨਸ, ਅਕੋਮੋਡੇਸ਼ਨ ਦੀ ਪ੍ਰੋਬਲਮ, ਇਹ ਸਾਰੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਅਤੇ ਬੱਚੇ ਨੂੰ ਜਾਂਦੇ ਲੱਗਦਾ ਯਾਰ ਕਿ ਮੈਂ ਯੂਨੀਵਰਸਿਟੀ ਤੋਂ ਆਪਣੀ ਫੀਸ ਰਿਫੰਡ ਕਰਾਵਾਂ ਅਤੇ ਵਾਪਸ ਚਲੇ ਜਾਵਾਂ ਕਿ ਮੈਂ ਗਲਤ ਕੰਟਰੀ ਆ ਗਿਆ। ਸੇਮ ਉਹੀ ਸਾਈਪ੍ਰਸ ਦੇ ਵਿੱਚ ਹੋਇਆ ਸੀ ਜਦੋਂ ਕਿ ਗੱਲ ਕਰਾਂ ਅਗਰ 2014-15 ਦੀ, ਬਹੁਤ ਜ਼ਿਆਦਾ ਬੱਚਾ ਗਿਆ, ਹਜ਼ਾਰਾਂ ਬੱਚੇ ਏਜੰਟਸ ਨੇ ਭੇਜੇ। ਅਗਰ ਮੈਂ ਆਪਣੀ ਕੰਪਨੀ ਦੀ ਵੀ ਗੱਲ ਕਰਾਂ, ਅਸੀਂ 5-5, 6-6 ਬੱਚਾ ਇੱਕ ਇੱਕ ਇੰਟੇਕ ਦੇ ਵਿੱਚ ਭੇਜਿਆ ਤਾਂ ਉਹ ਬੱਚੇ ਨੂੰ ਪ੍ਰੋਬਲਮ ਆਈ ਕਿਉਂਕਿ ਬਹੁਤ ਜ਼ਿਆਦਾ ਬੱਚਾ ਇੱਕਦਮ ਸਡਨਲੀ ਚਲਾ ਗਿਆ। ਲੇਕਿਨ ਹੁਣ ਕੀ ਹੈ, ਹੁਣ ਜਿਹੜਾ ਯੂਨੀਵਰਸਿਟੀਜ਼ ਉਹ ਕਾਲਜਿਸ ਨੇ ਦੁਬਾਰਾ ਵੀਜ਼ਾ ਸਟਾਰਟ ਕੀਤਾ ਅੰਬੈਸੀ ਨੇ, ਬਹੁਤ ਲਿਮਿਟਿਡ ਸੀਟਸ ਦੇ ਨਾਲ। ਕਿਸੇ ਵੀ ਕਾਲਜ ਦੇ ਕੋਲ 50-60 ਤੋਂ ਜ਼ਿਆਦਾ ਸੀਟਸ ਹੀ ਨਹੀਂ ਹੈ। ਜਿਹੜੀ ਇੱਕ ਯੂਨੀਵਰਸਿਟੀ ਦੇ ਕੋਲ 500 ਬੱਚੇ ਜਾ ਰਹੇ ਸੀ, 40-50 ਤੋਂ ਜ਼ਿਆਦਾ ਬੱਚਾ ਨਹੀਂ ਜਾ ਰਿਹਾ। ਸੋ ਹੁਣ ਉਹ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ, ਹੁਣ ਤੁਹਾਡੇ ਕੋਲ ਰਾਈਟ ਟਾਈਮ ਹੈ ਸਾਈਪ੍ਰਸ ਅਪਲਾਈ ਕਰਨ ਦਾ। ਬਿਲਕੁਲ ਜੀ, ਸੋ ਇਜਾਜ਼ਤ ਲੈਣ ਦਾ ਵੇਲਾ ਹੋ ਰਿਹਾ, ਲੇਕਿਨ ਐਸੇ ਸਾਡੇ ਦਰਸ਼ਕਾਂ ਨੂੰ ਉਹਨਾਂ ਸਟੂਡੈਂਟ ਦੇ ਜ਼ਰੂਰ ਰੂਬਰੂ ਕਰਵਾਵਾਂਗੇ ਜਿਨ੍ਹਾਂ ਨੇ ਸਾਈਂ ਓਵਰਸੀਜ਼ ਤੋਂ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੀਡ ਕੀਤਾ ਅਤੇ ਅੱਜ ਆਪਣੇ ਡ੍ਰੀਮ ਡੈਸਟੀਨੇਸ਼ਨ ਵੱਲ ਨੂੰ ਪਹੁੰਚਣ ਲੱਗੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਤਿੰਦਰਪਾਲ ਸਿੰਘ ਆ, ਮੈਂ ਜਲੰਧਰ ਤੋਂ ਬਿਲੋਂਗ ਕਰਦਾ ਅਤੇ ਮੈਨੂੰ ਇੰਸਟਾਗ੍ਰਾਮ 'ਤੇ ਪਤਾ ਲੱਗਾ ਸਾਈਂ ਓਵਰਸੀਜ਼ ਬਾਰੇ, ਅਤੇ ਮੈਂ UK ਤੋਂ 6 ਵਾਰ ਰਿਫਿਊਜ਼ ਹੋ ਚੁੱਕਾ ਸੀਗਾ। ਇਸ ਤੋਂ ਬਾਅਦ ਮੇਰਾ ਵਿਸ਼ਵਾਸ ਟੁੱਟ ਚੁੱਕਾ ਸੀ ਅਤੇ ਮੈਂ ਸਾਈਂ ਓਵਰਸੀਜ਼ ਵਾਲੇ 'ਤੇ ਇੱਥੇ ਆ ਕੇ ਤਾਂ ਆਪਣਾ ਮੈਂ ਵੀਜ਼ਾ ਲਿਆ ਅਤੇ ਮੈਨੂੰ ਇਸ ਵਿੱਚ ਬਹੁਤ ਖੁਸ਼ੀ ਹੈਗੀ ਆ ਕਿ ਇਹਨਾਂ ਨੇ ਸਾਈਂ ਓਵਰਸੀਜ਼ ਵਾਲੇ ਮੇਰਾ ਵੀਜ਼ਾ ਬਹੁਤ ਤਰੀਕੇ ਨਾਲ ਦਵਾਇਆ ਹੈਗਾ ਸਰ। ਅਤੇ ਇਸ ਤੋਂ ਬਾਅਦ ਮੈਂ ਇਹ ਚਾਹਵਾਂਗਾ ਜਿਨ੍ਹਾਂ ਨੇ ਵੀ ਇੱਥੇ ਵੀਜ਼ਾ ਲੈਣਾ, ਇੱਥੇ ਵਿਜ਼ਿਟ ਜ਼ਰੂਰ ਕਰਨ, ਇੱਕ ਵਾਰ ਵਿਸ਼ਵਾਸ ਦੇ ਨਾਲ ਇੱਥੇ ਵਿਜ਼ਿਟ ਕਰਨ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਗੁਰਵੰਤ ਸਿੰਘ ਹੈ ਜੀ, ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਜੀ। ਅਤੇ ਮੈਨੂੰ ਸਾਈਂ ਓਵਰਸੀਜ਼ ਦਾ ਪਤਾ ਮੇਰੇ ਦੋਸਤਾਂ ਨੇ ਮੈਨੂੰ ਦੱਸਿਆ, ਮੈਂ ਇੰਸਟਾਗ੍ਰਾਮ 'ਤੇ ਫੋਲੋ ਕੀਤਾ ਸਾਈਂ ਓਵਰਸੀਜ਼ ਨੂੰ, ਅਤੇ ਮੈਂ ਜਲੰਧਰ ਇੱਥੇ ਵਿਜ਼ਿਟ ਕੀਤਾ ਅਤੇ UK ਵਾਸਤੇ ਮੈਂ ਅਪਲਾਈ ਕੀਤਾ ਸੀ ਜੀ ਇੱਥੇ ਸਪਾਊਸ ਵੀਜ਼ਾ। ਮੇਰਾ ਸਪਾਊਸ ਵੀਜ਼ਾ ਆਇਆ ਜੀ 7 ਦਿਨਾਂ ਦੇ ਵਿੱਚ। ਸੋ ਵਧੀਆ ਸਟਾਫ, ਕੋਆਪਰੇਟਿਵ ਸਟਾਫ ਹੈ ਜੀ, ਜਦੋਂ ਜਦੋਂ ਮੈਨੂੰ ਕੋਈ ਜਾਣਕਾਰੀ ਦੀ ਜ਼ਰੂਰਤ ਪੈਂਦੀ ਰਹੀ ਤਾਂ ਮੈਂ ਇਹਨਾਂ ਨੂੰ ਫੋਨ 'ਤੇ ਸਾਰੀ ਜਾਣਕਾਰੀ ਲੈਂਦਾ ਰਿਹਾ ਜੀ। ਮੇਰਾ 7 ਦਿਨ ਦੇ ਵਿੱਚ ਵੀਜ਼ਾ ਲੱਗਾ ਜੀ ਸਪਾਊਸ। ਥੈਂਕ ਯੂ ਸਾਈਂ ਓਵਰਸੀਜ਼। My name is Jaseep Kaur and my spouse name is Malkeet Singh. We are from Thankot. I go to spouse visa from Sai Overseas. This place is recommended by my relatives. So, jede bhi friends mere and my relatives UK ya fir koi aur country vich jana chahnde hai, oh Sai Overseas must visit karan, kyunki eh company jaldi to jaldi visa lyan di koshish karti hai. Te main aaj bahut khush haan ki mera UK da spouse visa aaya. Thank you so much Sai Overseas. ਹੈਲੋ, ਗੁੱਡ ਈਵਨਿੰਗ ਟੂ ਆਲ। ਮੇਰਾ ਨਾਮ ਕਸ਼ਿਸ਼ ਹੈ ਅਤੇ ਮੇਰੇ ਹਸਬੈਂਡ ਮਨਜੀਤ ਜੀ ਨੇ, ਅਸੀਂ ਲੁਧਿਆਣਾ ਪੰਜਾਬ ਤੋਂ ਬਿਲੋਂਗ ਕਰਦੇ ਹਾਂ ਅਤੇ ਅੱਜ ਅਸੀਂ UK ਦਾ ਸਪਾਊਸ ਵੀਜ਼ਾ ਸਾਈਂ ਓਵਰਸੀਜ਼ ਤੋਂ ਮਿਲਿਆ ਸਾਨੂੰ, ਅਤੇ ਅਸੀਂ ਸਾਰੀ ਫੈਮਿਲੀ ਅਤੇ ਫਰੈਂਡਸ ਨੂੰ ਰੈਕਮੈਂਡ ਕਰਾਂਗੇ ਕਿ ਉਹ ਸਾਈਂ ਓਵਰਸੀਜ਼ ਤੋਂ ਹੀ ਆਪਣਾ ਵੀਜ਼ਾ ਅਪਲਾਈ ਕਰਨ, ਕਿਉਂਕਿ ਇਹਨਾਂ ਦੀ ਸਰਵਿਸਿਜ਼ ਬਹੁਤ ਅੱਛੀ ਨੇ, ਸਟਾਫ ਕਾਫੀ ਫਰੈਂਡਲੀ ਹੈ ਅਤੇ ਈਜ਼ਲੀ ਤੁਸੀਂ ਆਪਣਾ ਜਿਹੜਾ UK ਜਾਣ ਦਾ ਡ੍ਰੀਮ ਹੈ ਜਾਂ ਕਿਸੇ ਵੀ ਕੰਟਰੀ ਜਾਣ ਦਾ ਡ੍ਰੀਮ ਹੈ ਉਹ ਪੂਰਾ ਕਰ ਸਕਦੇ ਹੋ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਲਾਜਦੀਪ ਸਿੰਘ ਅਤੇ ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ। ਮੈਂ ਆਪਣਾ UK ਦਾ ਵੀਜ਼ਾ ਇਹਨਾਂ ਦੇ ਥਰੂ ਲਿਆ ਹੈ ਅਤੇ ਮੈਂ ਬੜਾ ਖੁਸ਼ ਹਾਂ। ਮੈਂ ਇਹਨਾਂ ਦੇ ਬਾਰੇ ਪਤਾ ਕੀਤਾ ਸੀ ਸੋਸ਼ਲ ਮੀਡੀਆ ਤੋਂ ਅਤੇ ਅੱਜ ਮੈਂ ਬੜਾ ਖੁਸ਼ ਹਾਂ ਵੀ ਮੈਨੂੰ ਮੇਰਾ ਵੀਜ਼ਾ ਮਿਲ ਚੁੱਕਿਆ। ਸੋ ਥੈਂਕ ਯੂ ਸਾਈਂ ਓਵਰਸੀਜ਼। ਮਾਈ ਨੇਮ ਇਜ਼ ਰਮਨਦੀਪ ਕੌਰ, ਮਾਈ ਸਪਾਊਸ ਨੇਮ ਇਜ਼ ਰੰਜੋਤ ਸਿੰਘ ਐਂਡ ਮਾਈ ਬੇਬੀ ਨੇਮ ਇਜ਼ ਸਮਰਪ੍ਰੀਤ ਸਿੰਘ। ਟੂਡੇ ਆਈ ਗੋਟ ਮਾਈ ਵੀਜ਼ਾ ਫਰੋਮ ਸਾਈਂ ਓਵਰਸੀਜ਼ ਐਂਡ ਆਈ ਐਮ ਵੈਰੀ ਹੈਪੀ ਵਿਦ ਦੀ ਸਰਵਿਸਿਜ਼ ਔਫ ਸਾਈਂ ਓਵਰਸੀਜ਼। ਸਟਾਫ ਮੈਂਬਰਸ ਆਰ ਵੈਰੀ ਕੋਆਪਰੇਟਿਵ ਐਂਡ ਆਈ ਰਿਕਮੈਂਡ ਅਦਰਸ ਟੂ ਕਮ ਹੇਅਰ ਐਂਡ ਅਪਲਾਈ ਫੋਰ ਦੇਅਰ ਵੀਜ਼ਾ। Hello everyone, myself Ramanpreet Sandhu and my spouse name is Harmanjot Singh and I have applied from Sai Overseas and I come to know about Sai Overseas through Instagram and I'm very happy today because I got my visa today with my spouse and I recommend everyone to visit, must visit here Sai Overseas to fulfill your all dreams. Thank you. Mera naam Sumit Kheda hai, main Jalandhar to belong karda. Aaj mainu mera UK da visa mila Sai Overseas to. ਅੱਜ ਮੈਂ ਬਹੁਤ ਖੁਸ਼ ਹਾਂ ਅਤੇ ਮੇਰਾ 8 ਸਾਲ ਦਾ ਐਕਸਪੀਰੀਅੰਸ ਸੀਗਾ। ਮੈਂ 8 ਸਾਲ ਤੋਂ ਟਰਾਈ ਕਰ ਰਿਹਾ ਸੀਗਾ, 8 ਸਾਲ ਤੋਂ ਮੇਰਾ ਕਿਤੋਂ ਨਹੀਂ ਵੀਜ਼ਾ ਆਇਆ, ਇੱਕ ਰਿਫਿਊਜ਼ਲ ਵੀ ਸੀਗੀ ਮੇਰੀ, ਬਟ ਅੱਜ ਮੈਨੂੰ ਮੇਰਾ ਵੀਜ਼ਾ ਮਿਲ ਗਿਆ UK ਦਾ। ਅਤੇ ਮੈਂ ਰਿਕਮੈਂਡ ਕਰਦਾ ਸਾਰੇ ਮੇਰੇ ਫਰੈਂਡਸ ਨੂੰ, ਸਭ ਹਰ ਕਿਸੇ ਨੂੰ ਕਿ ਇੱਕ ਵਾਰੀ ਜ਼ਰੂਰ ਇੱਥੇ ਆ ਕੇ ਵਿਜ਼ਿਟ ਕਰੋ, ਬਹੁਤ ਅੱਛਾ ਸਟਾਫ ਹੈ, ਵੈੱਲ ਮੇਨਟੇਨ ਸਟਾਫ ਹੈ, ਜ਼ਰੂਰ ਤੁਹਾਡਾ ਵੀਜ਼ਾ ਆਏਗਾ ਇੱਥੋਂ ਦੀ।
थैंक यू सर इन्हां स्टूडेंट्स दे लई और सर नाल जुड़न दे लई थोड़ा बहुत बहुत थैंक यू मैम थैंक यू वेरी मच सो साढ़े जिहड़े दर्शक सर नाल जुड़न का प्रयास कर रहे थे जिन्हां दी असीं शो के दौरान कॉल नहीं ली है साड़ी तस्वीर तुसीं क्लिक करके रख सकते हो शो तो बाद भी कॉल कर सकते हो और फेसबुक और इंस्टाग्राम से विजिट करना बिल्कुल ना भुल्यो साई यूनिवर्सिटीज़ के टेस्टीमोनियल जिहड़े स्टूडेंट दे उन्हां दी जुबानी एक्सपीरियंस शेयर किया जाता है तो फिर तो हाजिर होवांगे रखो ध्यान धन्यवाद जी सत श्री अकाल